ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੀ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾ ورياਰ ਜੁਨ ਬਿਗਨਨ ਕੀ ਨਾਸ਼ਕ ਬਿਗਨਨ ਕੀ ਨਾਸ਼ਕ ਸ੍ਰੀ ਹਰ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਦਾਇ ਨਮੋ ਕਰ ਚੋਰੀ ਨਮੋ ਕਰ ਚੋਰੀ ਗੁਰ ਹਰਿ ਕ੍ਰਿਸ਼ਨ ਨਮਾਉ ਬਹੁਰੀ ਤੇਗ ਬਹਾਦਰ ਪਰਮ ਕੇਰ ਪਾਲਾ ਪਰਮ ਕੇਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਉ ਤਰਾ ਤਰ ਪੁਨ ਪੁਨ ਸੀ ਸੀਸਾ ਪੁਨ ਪੁਨ ਸੀਸਾ ਬੰਦੋਂ ਬਰਬਾਦ ਜਗ ਦੀਸ਼ ਜਿਸਮੇ ਅੰਮ੍ਰਿਤ ਗਿਆਨ ਹੈ ਮਾਨਿਕ ਪਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁraag ਏਕ ਅੰਕਾਰ ਸਤ ਗੁਰੂ ਤੇਹ ਪ੍ਰਸਾਦ ਸੱਚ ਹੋਈ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੂਈ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੂਈ ਮਿਲ ਹੋ ਜਾਏ ਅਬ ਤਿਸਕੇ ਸੰਗ ਰਚੋ ਮਮ ਸੁਤ ਕੋ ਵਿੱਚ ਜੰਗ ਸਾਰੇ ਸਨਮਾਨਯੋਗ ਸਾਹਿਬ ਸਤਿਗੁਰੂ ਸਹਿਬ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਧੰਤਾ ਦੇ ਯੋਗ ਹੋ ਜੋ ਕਿ ਸਹਿਬਾਂ ਦੀ ਹਜ਼ੂਰੀ ਅੰਦਰ ਬੈਠ ਕਰਕੇ ਜੀਵਨ ਦੇ ਕੁਝ ਕੂਪਲਾਂ ਨੂੰ ਸਮੇਂ ਨੂੰ ਸਫਲਾ ਕਰਨ ਦਾ ਇਕ ਯਤਨ ਉਪਰਾਲਾ ਕਰਦੇ ਪਏ ਹੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਅਦਬ ਸਤਕਾਰ ਦੇ ਨਾਲ ਰੱਬੀ ਬਾਣੀ ਧੁਰ ਕੀ ਬਾਣੀ ਸੋਧਰ ਬਾਣੀ ਦੇ ਪਾਠ ਸਰਵਨ ਕੀਤੇ ਹਨ ਸੋ ਆਉ ਜਿੱਥੇ ਆਪ ਜੀ ਨੇ ਸੋਧਰ ਬਾਣੀ ਦੇ ਪਾਠ ਸਰਵਨ ਕੀਤੇ ਸਮਾ ਹੋਇਆ ਹੈ ਗੁਰ ਇਤਿਹਾਸ ਦੀ ਕਥਾ ਦਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੀਨ ਦੇ ਮਹਾਵਾਕ ਅਨੁਸਾਰ ਗੁਰ ਇਤਿਹਾਸ ਦੀ ਕਥਾ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਬਖਸ਼ੋ ਅਸੀਸ ਪਾਉ ਗੁਰ ਫਤੀ ਨਾਲ ਸਾਜ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲ ਹੋ ਜਾਏ ਅਬ ਜਿਸਕੇ ਸੰਗ ਰਛੋ ਮਮ ਸਤ ਕੋ ਵਿੱਚ ਜੰਗ ਆਪ ਜੀ ਨੇ ਪਿਛਲੀਆਂ ਦੀਵਾਨਾਂ ਦੇ ਵਿੱਚ ਸਰਵਨ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੂਸਰੀ ਜੰਗ ਲੜਦੇ ਪਏ ਹਨ ਤੇ ਦੂਸਰੀ ਜੰਗ ਦੇ ਵਿੱਚ ਜਿਹੜਾ ਅਬਦੁਲ ਖਾਨ ਹੈ ਇੱਕ ਪਾਸੇ ਮੁਗਲ ਫੌਜ ਹੈ ਮੁਗਲਾਂ ਦਾ ਜਿਹੜਾ ਮੁਖੀ ਹੈ ਉਹ ਹੈ ਅਬਦੁਲ ਖਾਨ ਉਹਦਾ ਜਿਹੜਾ ਵੱਡਾ ਪੁੱਤਰ ਹੈ ਉਹ ਮਾਰਿਆ ਗਿਆ ਹੈ ਤੇ ਜਦੋਂ ਅਬਦੁਲ ਖਾਨ ਨੂੰ ਪਤਾ ਲੱਗੀ ਉਹ ਰੋਇਆ-ਕੁਰਲਾਇਆ ਉਹਦਾ ਛੋਟਾ ਪੁੱਤਰ ਆਕੇ ਕਰੀਮ ਬਖਸ਼ ਕਹਿਣ ਲੱਗਾ ਵੀ ਤੁਹਾਨੂੰ ਰੋਲਾ ਰੋਣਾ ਤੇ ਕੁਰਲਾਣਾ ਚੰਗਾ ਨਹੀਂ ਲੱਗਦਾ ਤੁਸੀਂ ਮੁਖੀ ਹੋ ਜੇ ਤੁਹਾਡਾ ਹੌਸਲਾ ਪਸਤ ਹੋ ਗਿਆ ਫੌਜ ਕੀ ਕਰੇਗੀ ਮੈਂ ਜਾਨਣਾ ਹਾਂ ਉਹਨੇ ਫਿਰ ਆਪਣੇ ਪੁੱਤਰ ਨੂੰ ਭੇਜਿਆ ਤੇ ਪੁੱਤਰ ਨੂੰ ਕਿਹਾ ਵੀ ਫੌਜ ਨੂੰ ਅੱਗੇ ਕਰੀ ਤੂੰ ਅਗਵਾਈ ਕਰਨੀ ਹੈ ਪਰ ਜਿਹੜਾ ਪੁੱਤਰ ਅੱਗੇ ਚਲਾ ਗਿਆ ਜਿਸ ਪਾਸੇ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਪਾਸੇ ਜਾ ਰਿਹਾ ਹੈ ਅਬਦੁਲ ਖਾਨ ਨੇ ਸੱਦਾ ਵੀ ਭੇਜਿਆ ਵੀ ਉਧਰ ਨਾ ਜਾ ਉਧਰ ਮੌਤ ਹੈ ਸਿੱਖਾਂ ਦਾ ਗੁਰੂ ਖੜਿਆ ਹੈ ਵਾਪਸ ਨਹੀਂ ਆਏਗਾ ਪਰ ਉਹ ਇੱਕ ਵੀ ਨਾ ਮੰਨਿਆ ਇੱਥੇ ਅਬਦੁਲ ਖਾਨ ਫਿਰ ਪਛਤਾਇਆ ਹੈ ਹੁਣ ਹੋਇਆ ਕੀ ਹੈ ਵੀ ਜਿਹੜੇ ਰਤਨ ਚੰਦ ਤੇ ਕਰਮ ਚੰਦ ਨੇ ਜਿਹੜਾ ਹੈ ਰਤਨ ਚੰਦ ੜ ਦਾ ਪੁੱਤਰ ਸੀ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਮਾਰਿਆ ਗਿਆ ਤੇ ਜਿਹੜਾ ਕਰਮ ਚੰਦ ਸੀ ਇਹ ਚੰਦੂ ਦਾ ਪੁੱਤਰ ਸੀ ਦੋਵਾਂ ਨੇ ਅਬਦੁਲ ਖਾਨ ਨੂੰ ਜਾ ਕੇ ਚੱਕਿਆ ਸੀ ਸੋ ਦੋਵੇਂ ਪ੍ਰੇਰ ਕੇ ਲਿਆਏ ਸਨ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਪਕੜ ਮਾਰ ਤੇ ਗੁੱਸੇ ਦੇ ਨਾਲ ਅਬਦੁਲ ਖਾਨ ਅਬਦੁਲ ਖਾਨ ਦੋਨਾਂ ਦੇ ਵੱਲ ਵੇਖਦਾ ਹੈ ਤੇ ਉਹਨਾਂ ਨੂੰ ਕਹਿੰਦਾ ਵੀ ਹੁਣ ਤੁਸੀਂ ਆਰਾਮ ਨਾਲ ਖੜੇ ਹੋ ਨਿਸੰਘ ਹੋ ਕਰਕੇ ਖੜੇ ਹੋ ਜਾਓ ਮੇਰੇ ਪੁੱਤਰ ਦੇ ਨਾਲ ਜਾਓ ਉਹਦੀ ਰਖਿਆ ਕਰੋ ਜਹਾਂ کریم ਬਖਸ਼ ਚਲੇ ਆਏ ਜਿਸ ਕੋ ਸਾਥ ਛੋਰ ਨਹੀਂ ਆਏ ਜਿੱਥੇ ਵੀ ਮੇਰਾ ਪੁੱਤਰ ਜਾਏ ਉਹਦੇ ਨਾਲ ਜਾਣਾ ਹੈ ਉਹਦਾ ਸਾਥ ਬਿਲਕੁਲ ਨਹੀਂ ਛੱਡਣਾ ਮੈਂ ਠਕਾ ਲੋ ਜ਼ੋਰ ਕਿ ਨੇਰਾ ਹੋਏ ਅੰਤਨਣ ਕੋ ਇਸ ਬੇਰਾ ਮੈਂ ਇਧਰੋਂ ਜ਼ੋਰ ਲਾਵਾਂਗਾ ਤੁਸੀਂ ਅੱਗੂ ਜ਼ੋਰ ਲਾਇਓ ਮੈਂ ਦੂਸਰੇ ਪਾਸੇ ਤੂੰ ਜ਼ੋਰ ਲਾਵਾਂਗਾ ਤਾਂ ਜੋ ਲੜਾਈ ਦਾ ਅੰਤ ਹੋ ਸਕੇ ਸਾਡੀ ਫਤਿਹ ਹੋ ਸਕੇ ਗਾਹਾਂ ਕੀ ਮਾਰੋ ਗੁਰ ਕੋ ਜਾਈ ਨਵੀ ਬਖਸ਼ ਕੋ ਪਲਟੋ ਪਾਈ ਜਾਂ ਗੁਰੂ ਨੂੰ ਪਕੜ ਲਵੋ ਜਾਂ ਗੁਰੂ ਨੂੰ ਮਾਰ ਲਵੋ ਜਿਹੜਾ ਨਵੀ ਬਖਸ਼ ਮੇਰਾ ਵੱਡਾ ਪੁੱਤਰ ਮਾਰਿਆ ਗਿਆ ਉਹਦਾ ਬਦਲਾ ਜ਼ਰੂਰ ਲੈਣਾ ਹੈ ਰਿਸ਼ ਕੋ ਬਚ ਨਵਾਬ ਕੋ ਸੁਨਿਓ ਗਨਿਓ ਸ਼ੋਕ ਪੁੱਤਰ ਜਿਸ ਹਣਿਓ ਤੇ ਜਦੋਂ ਨਵਾਬ ਦੇ ਇਹ ਬਚਨ ਸੁਣੇ ਨੇ ਅਬਦੁਲ ਖਾਨ ਦੇ ਬਚਨ ਸੁਣੇ ਨੇ ਤੇ ਉਹ ਅਬਦੁਲ ਖਾਨ ਜਿਹੜਾ ਸ਼ੋਕ ਦੇ ਵਿੱਚ ਸੀ ਦੁੱਖ ਦੇ ਵਿੱਚ ਸੀ ਕਿਉਂਕਿ ਉਹਦਾ ਪੁੱਤਰ ਮਾਰਿਆ ਗਿਆ ਸੀ ਦੋਨੋਂ ਖत्री ਤੂਸ਼ਨ ਧਰਕੈ ਪ੍ਰੇਰਹਿ ਤੂਰਨ ਤਾਕਰਕੈ ਇਹ ਜਿਹੜੇ ਦੋਨੋਂ ਖत्री ਸਨ ਰਤਨ ਚੰਦ ਕਰਮ ਚੰਦ ਇਹਨਾਂ ਨੇ ਆਪਣੇ ਘੋੜਿਆਂ ਨੂੰ ਪ੍ਰੇਰਿਆ ਹੈ ਤੇ ਉਸ ਦਿਸ਼ਾ ਦੇ ਵੱਲ ਲੱਗੇ ਹਨ ਜਿਸ ਦਿਸ਼ਾ ਦੇ ਵੱਲ کریم ਬਖਸ਼ ਗਿਆ ਸੀ ਕੁਸ਼ਤ ਸੁਵਟਲੇ ਜੰਗ sĩਦਾਰੇ ਮਲੇ کریم ਬਖਸ਼ ਬਨ ਪਿਆਰੇ ਤੇ ਕੁਝ ਕੁ ਸੂਰਮੇ ਇਹਨਾਂ ਨੇ ਨਾਲ ਲਏ ਹਨ ਕੁਸ਼ਕ ਸੁਬਟ ਲਈ ਸੰਗ ਸਿਦਾਰੇ ਕੁਸ਼ਕ ਕੁਸੂਰਮੇ ਲੈ ਕਰਕੇ کریم ਬਖਸ਼ ਨੂੰ ਮਿਲਦੇ ਹਨ ਬਾਜਤ ਬਾਜਨ ਲਗੇ ਜੁਝਾਓ ਗਮਨੇ ਅਗਰ ਟੋਲਸ 부ਦਾਓ ਤੇ ਹੁਣ ਅੱਗੇ ਅੱਗੇ ਕੀ ਵੀ ਜਿਹੜੇ ਵਾਜੇ ਵੱਜਦੇ ਪਏ ਹਨ ਨਗਾਰੇ ਵੱਜਦੇ ਪਏ ਹਨ ਗਮਨੇ ਅਗਰ ਟੋਲ ਸਮਦਾਓ ਅੱਗੇ ਅੱਗੇ ਟੋਲਾ ਜਾ ਰਿਹਾ ਹੈ ਜਬੈ ਤੁਰਕ ਤੁੰਸੇ ਤੁੰਕਾਰੇ ਹੈ ਖੁਦਾਏ ਫੇਰੇ ਇੱਕ ਵਾਰੇ ਤੇ ਜੇ ਤੂੰ ਤੁੰਸੇ ਵੱਜੇ ਨੇ ਇਹ ਸਾਜ ਦਾ ਨਾਮ ਹੈ ਇਨਸਟਰੂਮੈਂਟ ਹੈ ਦੋਂਸਾ ਤੇ ਨਗਾਰਾ ਜਦੋਂ ਇਹ ਵੱਜੇ ਨੇ ਹੁਣ ਤੁਰਕਾਂ ਦਾ ਜਿਹੜਾ ਅਗਲਾ ਦਲ ਹੈ ਜਿਹੜਾ ਕਰੀਮ ਬਖਸ਼ਤੀ ਨਾਲ ਜਾ ਰਿਹਾ ਹੈ ਉਹ ਘੋੜਿਆਂ ਨੂੰ ਪੁਜਾ ਕੇ ਜਾ ਰਿਹਾ ਹੈ ਵਿਧੀ ਚੰਦ ਤੇ ਸੰਮੁਖ ਹੋਵਾ ਸ਼ਸਤਰ ਸੰਭਾਰ ਤੇ ਆਗੇ ਜੋਵਾ ਤੇ ਵਿਧੀ ਚੰਦ ਖੜਿਆ ਹੈ ਅੱਗੇ ਫਿਰ ਉਹਨੇ ਆਪਣੇ ਸ਼ਸਤਰਾਂ ਨੂੰ ਸੰਭਾਲ ਲਿਆ ਭਾਵ ਇਹ ਜਿਹੜੀ ਟੁਕੜੀ ਕਰੀਮ ਬਖਸ਼ ਲੈ ਕੇ ਆਇਆ ਇੰਦਾ ਸਾਹਮਣਾ ਭਾਈ ਵਿਦੀ ਚੰਦ ਨੇ ਕਰਨਾ ਹੈ। ਫੂਟਣ ਲੱਗੀ ਤਫੰਗੇ ਬਰਿੰਦ ਪੜ ਉਠੇ ਸਦ ਬਿਲੰਦ ਤੇ ਹੁਣ ਜਦੋਂ ਦੋਨੇ ਧਿਰਾਂ ਟਕਰਾਈਆਂ ਨੇ کریم ਬਖਸ਼ ਆਪਣੀ ਫੌਜ ਲੈ ਕੇ ਆਇਆ ਇਧਰ ਬਾਬਾ ਵਿਦੀ ਚੰਦ ਹੈ। ਦੋਨੇ ਧਿਰਾਂ ਦਾ ਟਕਰਾ ਜਦੋਂ ਹੋਇਆ ਹੈ ਤੇ ਫਿਰ ਗੋਲੀਆਂ ਚਲੀਆਂ ਹਨ। ਟੜਫੜ ਹੋ ਗਈ ਹੈ ਇੱਕਦਮ ਹੱਲਾ ਗੁੱਲਾ ਹੋ ਗਿਆ ਹੈ ਤੁਮਲ ਜੁਦ ਤਮ ਚੋ ਕਨੇਰਾ ਦੋ ਦਿਸ਼ੇ ਲਾਕੀਨ ਬਡੇਰਾ ਤੇ ਜਿਹੜਾ ਕਮਾਂਸਾਨ ਦਾ ਯੁੱਧ ਸੀ ਉਹ ਮਚ ਗਿਆ ਹੈ ਕਿਉਂਕਿ ਦੋਵਾਂ ਦਿਸ਼ਾਵਾਂ ਤੋਂ ਹੱਲਾ ਹੋਇਆ ਹੈ ਦੋਹਰਾ ਲਗ ਸੁਤ ਤਬੇ ਨਵਾਬਕ ਕਰ ਸਿਤਾਬ ਉਮ ਡੰਡ ਤੇ ਹੁਣ ਜਿਹੜਾ ਹੈ ਨਵਾਬ ਦਾ ਜਿਹੜਾ ਛੋਟਾ ਪੁੱਤਰ ਹੈ ਇਹਨੇ ਕੀ ਕੀਤਾ ਹੈ ਦੀ جنگ ਨੂੰ ਦੁਆਰਾ ਮਚਾਇਆ ਹੈ ਜਿਉਂ ਜਿਉਂ ਅੱਗੇ ਹੋਤ ਹੈ ਤਿਉਂ ਤੂੰ ਜੰਗ ਮਚੰਤ ਜਿਉਂ ਜਿਉਂ ਅੱਗੇ ਹੁੰਦਾ ਹੈ ਸਿੱਖਾਂ ਨਾਲ ਢਿੱਡਦਾ ਹੈ ਜੰਗ ਹੋਰ ਮਚਦਾ ਹੈ ਆਦਲੀ ਛੰਦ ਕਰਹਲਾਹੁਰ ਬਹੁ ਜੋਰ ਸ਼ੋਰ ਬਡ ਪਰਿਓ ਰੋਰ ਚਹੋਂ ਔਰ ਕੋਰ ਤੇ ਬੜਾ ਹੱਲਾ ਗੁੱਲਾ ਹੋਇਆ ਹੈ ਬੜਾ ਸ਼ੋਰ ਮਚਿਆ ਹੈ ਬਡ ਪਰਿਓ ਰੋਰ ਚਹੋਂ ਚਹੋਂ ਔਰ ਕੋਰ ਚਾਰੇ ਪਾਸੇ ਜਿਹੜਾ ਹੈ ਰੋਲਾ ਪੈ ਰਿਹਾ ਹੈ। ਪਰਮੰਤ ਗ੍ਰਿਦ ਮੁਖ ਮਾਸ ਧਾਰ। ਗਨ ਪੈ ਕਾਕ ਕੂਕਤ ਪੁਕਾਰ। ਜਿਹੜੀਆਂ ਗਿੱਦਾਂ ਨੇ ਮਾਸ ਨੂੰ ਖਾਣ ਵਾਲੀਆਂ ਉਹ ਪਟਕਦੀਆਂ ਪਈਆਂ ਹਨ ਕਾਂ ਤੇ ਜਿਹੜੇ ਕੂਕਰ ਨੇ ਉਹ ਵੀ ਮਾਸ ਖਾਣ ਵਾਸਤੇ ਆਏ ਹਨ। ਰਣਖੇਤ ਦੀਖ ਪੀਖਣ ਬਿਲੰਦ। ਗਾ ਦੁਰਗਨ ਕੇ ਹੋਏ ਓਜਮੰਦ। ਤੇ ਜਿਹੜਾ ਹੈ ਰਣ ਤਪਿਆ ਪਿਆ ਹੈ, ਰਣ ਭਖਿਆ ਪਿਆ ਹੈ। ਤੁਰਕ ਆਪਣਾ ਜ਼ੋਰ ਲਾ ਰਹੇ ਹਨ ਸਲਖੇ ਪ੍ਰਚੰਡ ਟੂਟੇ ਤੂਫੰਗ ਪੁਨ ਕਰਤ ਸ਼ੀਗਰਤਾ ਫਿਰਤ ਜੰਗ ਤੇ ਗੋਲੀਆਂ ਚਲਦੀਆਂ ਪਈਆਂ ਹਨ ਛੇਤੀ ਦੇ ਨਾਲ ਦੁਬਾਰਾ ਜੰਗ ਮਚ ਗਿਆ ਹੈ ਕਿਨ ਹੋ ਬਰੂਧ ਵਿੱਚ ਤੂੰ ਪਕਟਾਲ ਬਹੁ ਧੋਕ ਠੋਕ ਗੱਜ ਕੋ ਨਿਕਾਲ ਤਿੰਜੜੇ ਸਪਾਈ ਨੇ ਗੋਲੀਆਂ ਠੋਕਦੇ ਨੇ ਬਰੂਧ ਪਾਉਂਦੇ ਨੇ ਬੰਦੂਕਾਂ ਦੇ ਵਿੱਚ ਠੋਕ ਠੋਕ ਕੇ ਤੇ ਫਿਰ ਘੋੜਾ ਨੱਪਦੇ ਨੇ ਗੋਲੀ ਚਲਾਉਂਦੇ ਹਨ। ਕੁਲ ਕਾਨ ਡਾਲਿਆ ਛੇ ਟਿਕਾਏ ਪੁਨ ਭਗਤ ਪਰਤ ਪਲੀਤਾ ਦਿਮਲਾਏ। ਤੇ ਪਲੀਤਾ ਛੱਡਦੇ ਨੇ ਘੋੜਾ ਛੱਡਦੇ ਹਨ। ਗੋਲੀਆਂ ਪਾ ਕਰਕੇ ਨਿਸ਼ਾਨਾ ਸਾਧਦੇ ਹਨ। ਤੋੜਾ ਵਰ ਤੋਤੇ ਜੜੰਤ ਧਰ ਸਿਸ਼ਤ ਦਾਕ ਕਰਤੇ ਜਿਵੰਤ। ਤੇ ਤੋੜਾ ਨੱਪਿਆ ਜਾਂਦਾ ਹੈ ਘੋੜਾ ਨੱਪਿਆ ਜਾਂਦਾ ਹੈ। ਤੇ ਨਿਸ਼ਾਨੇ ਨੂੰ ਤਾਕ ਕੇ ਘੋੜਾ ਨੱਪ ਦਿੱਤਾ ਜਾਂਦਾ ਹੈ ਤਾਂ ਜੋ ਜਿਹੜੀ ਗੋਲੀ ਹੈ ਦੁਸ਼ਮਣ ਦੇ ਵੱਜੇ ਬਹੁ ਕਰਤ ਸੀਗਰੇ ਸ਼ਕਲਕਾਰ ਛੂਟੇ ਤੂਫਾਂਗ ਰਣਵੇ シュमार ਤੇ ਬੜੀ ਸ਼ੇਤੀ ਦੇ ਨਾਲ ਇਹ ਕਾਰ ਕੀਤੀ ਜਾ ਰਹੀ ਹੈ ਬੰਦੂਖ ਦੇ ਵਿੱਚ ਗੋਲੀ ਪਾਈ ਜਾਂਦੀ ਚਲਾਈ ਜਾਂਦੀ ਹੈ ਫਿਰ ਪਾਈ ਜਾਂਦੀ ਚਲਾਈ ਜਾਂਦੀ ਹੈ ਮੁਗਲ ਚਾਉਂਦੇ ਨੇ ਵਦ ਤੋਂ ਵਦ ਸਿੱਖਾਂ ਨੂੰ ਖਤਮ ਕਰ ਦਈਏ ਮਾਰ ਦਈਏ ਹਿੰਮਤ ਮਾਰਤੇ ਨੀਰਕੀਨ ਤੀਰਨ ਪ੍ਰਹਾਰ ਕਰ ਘਾਇ ਦੀਨ ਤੇ ਮਰਦਿਆਂ ਮਰਦਿਆਂ ਜਿਹੜੇ ਮੁਗਲ ਨੇ ਲਾਗੇ ਹੋ ਗਏ ਨੇ ਜਿੱਥੇ ਸਿੱਖਾਂ ਨੇ ਕਬਜ਼ਾ ਕੀਤਾ ਸੀ ਉਸ ਦਿਸ਼ਾ ਦੇ ਵੱਲ ਲਾਗੇ ਹੋ ਗਏ ਨੇ ਸਿੱਖਾਂ ਨੇ ਅੱਗੂ ਬਹੁਤ ਤੀਰ ਮਾਰੇ ਹਨ ਚਰੜੰਤ ਚਾਪ ਛੁਟਕੰਤ ਮਾਨ ਪਟਕੋਨਖੰਕੇ ਕਾੜਤਾਨ ਤੇ ਗੁਰੂ ਕੇ ਜਿਹੜੇ ਸਿੱਖ ਸੂਰਮੇ ਨੇ ਕਮਾਨ ਦੇ ਵਿੱਚ ਤੀਰ ਪਾਉਂਦੇ ਨੇ ਚਿੱਲਾ ਚੜਾਉਂਦੇ ਨੇ ਤੇ ਛੱਡ ਦਿੰਦੇ ਹਨ ਜਹਿਨ ਰੋਪ ਤੱਕ ਸ਼ਸਤਰ ਗਾਤ ਵੱਢਤੇ ਸ਼ੁਰੰਤ ਦਰਦੇਤ ਘਾਤ ਤੇ ਚਿੱਲੇ ਵਿੱਚ ਜਦੋਂ ਚੀਰ ਤੀਰ ਪਾਉਂਦੇ ਨੇ ਨਿਸ਼ਾਨਾ ਸਾਧ ਦੇ ਨੇ ਸ਼ਤਰੂ ਦੇ ਵੱਲ ਛੱਡ ਦਿੰਦੇ ਨੇ ਜ਼ੋਰ ਲਾ ਕਰਕੇ ਬਹੁਤ ਮੁਲ ਜੁਦ ਮਾਚਿਓ ਕਰਾਲ ਮਿਲ ਗਏ ਪਰਿਬੋ ਹਾਲ ਚਾਲ ਤੇ ਕਾਫੀ ਜਿਹੜਾ ਹੈ ਕਮਾਸਾਨ ਯੁੱਧ ਮਚਦਾ ਪਿਆ ਹੈ ਬੜੀ ਹਲਚਲ ਹੋ ਰਹੀ ਹੈ ਤੋਮਰ ਭਰਾਏ ਮਹਰੰਤ ਫੇਰ ਤਨ ਲਾਗੇ ਸ਼ਸਤਰ ਦੇ ਗੂਮ ਕਿਰ ਤੇ ਕਵੀ ਜੀ ਲਿਖਦੇ ਪਏ ਹਨ ਤੋਮਰ ਦਰਥੇ ਨੇਜਾ ਤੇ ਨੇਜੇ ਨੂੰ ਮਾਰ ਕੇ ਨੇਜੇ ਨੂੰ ਘੁਮਾਉਂਦੇ ਨੇ ਪਹਿਲਾਂ ਫਿਰ ਨੇਜੇ ਨੂੰ ਮਾਰਿਆ ਜਾਂਦਾ ਹੈ ਜਿੰਦੇ ਵੀ ਸਰੀਰ ਜਿਹੜੇ ਵੀ ਸਪਾਈ ਦੇ ਸਰੀਰ ਤੇ ਨੇਜਾ ਵੱਜਦਾ ਹੈ ਉਹ ਧਰਤੀ ਤੇ ਡਿੱਗ ਪੈਂਦਾ ਹੈ ਬਹੁਤ ਨਿਕਾਸ ਤੱਕ ਔਰ ਮਾਰ ਤਲਵਾਰ ਚਾਰ ਦੇ ਕਾਟ ਢਾਰ ਜਿਹੜੇ ਸੂਰਮੇ ਨੇ ਉਹ ਕੀ ਕਰਦੇ ਨੇ ਮੁੜ ਕੇ ਤਲਵਾਰ ਕੱਢਦੇ ਨੇ ਤੇ ਕਟ ਵੱਡ ਕਰ ਦਿੰਦੇ ਹਨ ਬਰਸ਼ੀਨ ਤੀਸ਼ਨਾ ਔਜ ਸੰਗ ਮਾਰੇ ਤਸਾਇਰੇ ਪਫੋਰ ਅੰਗ ਗੁਰੂ ਕੇ ਸਿੱਖ ਬਰਸ਼ੀਆਂ ਵੀ ਕੱਟਦੇ ਨੇ ਤਿੱਖੀਆਂ ਬਰਸ਼ੀਆਂ ਤੇ ਮਾਰਦੇ ਨੇ ਤੇ ਅੰਗ ਖੋੜ ਦਿੰਦੇ ਹਨ ਜਿਸ ਵੀ ਅੰਗ ਦੇ ਉੱਤੇ ਵਰਸ਼ੀ ਵੱਜਦੀ ਹੈ ਉਹ ਅੰਗ ਖਤਮ ਹੋ ਜਾਂਦਾ ਹੈ ਹਰ ਸੇਲ ਮੇਲ ਪੀ ਰੇਲ ਪੇਲ ਸ਼ਿਨ ਬਿਕੇ ਸ਼ੈਲ ਗਿਰ ਪਰਤ ਝੇਲ ਤੇ ਕਵੀ ਜੀ ਲਿਖਦੇ ਹਨ ਵੀ ਤੀਰਾਂ ਦੀ ਵਰਖਾ ਵੀ ਹੋ ਰਹੀ ਹੈ ਤੀਰ ਵੀ ਮਾਰੇ ਜਾ ਰਹੇ ਨੇ ਤੇ ਜਿੰਦੇ ਵੀ ਤੀਰ ਵੱਜਦਾ ਹੈ ਉਹ ਧਰਤੀ ਤੇ ਡਿੱਗ ਜਾਂਦਾ ਹੈ ਲਗ ਸ਼ਸਤਰ ਚੋਟ ਹੋਏ ਲੋਟ ਫੋਟ ਕੋ ਧਰਤ ਟਾਲੇ ਇਸ ਮੁਖ ਓਟ ਹੁਣ ਸ਼ਸਤਰਾਂ ਦੀ ਜਿਹੜੀ ਚੋਟ ਹੋ ਰਹੀ ਹੈ ਸਪਾਈਆਂ ਦੇ ਉੱਤੇ ਸਿੱਖਾਂ ਦੇ ਉੱਤੇ ਵੀ ਹੋ ਰਹੀ ਮੁਗਲਾਂ ਦੇ ਉੱਤੇ ਵੀ ਹੋ ਰਹੀ ਤੇ ਕੁਝ ਕੁ ਜਿਹੜੇ ਸੂਰਮੇ ਨੇ ਢਾਲ ਨੂੰ ਅੱਗੇ ਕਰ ਲੈਂਦੇ ਨੇ ਢਾਲ ਦੇ ਨਾਲ ਆਪਣੀ ਪ੍ਰੋਟੈਕਸ਼ਨ ਕਰਦੇ ਹਨ ਜਮਦਾਰ ਨিকার ਕਿਨੇ ਉਧਰ ਮਾਰ ਤਲਵਾਰ ਚਲਤ ਰਣਬਾਰ ਬਾਰ ਲੜਾਈ ਹੋ ਰਹੀ ਹੈ ਤੇ ਸੂਰਮੇ ਤਲਵਾਰ ਨੂੰ ਕੱਢਦੇ ਨੇ ਪੇਟ ਵਿੱਚ ਮਾਰਦੇ ਹਨ ਲੋਹੂ ਛਨਾਣ ਤੇ ਲਾਲ ਜਾਲ ਥੈਰੰਤ ਹੱਥ ਮੈਂ ਚਾਲ ਚਾਲ ਤੇ ਲਹੂ ਦੇ ਨਾਲ ਇਸ਼ਨਾਨ ਹੋ ਜਾਂਦਾ ਜਿੰਦੇ ਢਿੱਡ ਵਿੱਚ ਕਰਪਾਨ ਵੱਜਦੀ ਹੈ ਭਾਵੇਂ ਸਿੱਖੇ ਭਾਵੇਂ ਮੁਗਲ ਹੈ ਉਹ ਖੂਨ ਦੇ ਨਾਲ ਨਾਤਾ ਜਾਂਦਾ ਖੂਨ ਦੇ ਨਾਲ ਲਾਲ ਇਸ਼ਨਾਨ ਹੋ ਜਾਂਦਾ ਹੈ ਫਿਰ ਹੱਥ ਕੰਬਦੇ ਹਨ ਕਵੀ ਜੀ ਲਿਖਦੇ ਨੇ ਫਿਰ ਜਿਹੜੀ ਤਲਵਾਰ ਹੈ ਉਹ ਚਲਦੀ ਨਹੀਂ ਹੈ ਕੇਤਕ ਪ੍ਰਹਾਰਤੇ ਖੜਗ ਟੂਟ ਰਹਿ ਮੁਸ਼ਟ ਹੱਥ ਮਿਲ ਮੁਸ਼ਟ ਕੂਟ ਤੇ ਕੁਝ ਕੁ ਜਿਹੜੇ ਨੇ ਉਹਨਾਂ ਦੀ ਕਿਰਪਾਨ ਟੁੱਟ ਜਾਂਦੀ ਹੈ ਮੁਠਾ ਹੱਥ ਵਿੱਚ ਰਹਿ ਜਾਂਦਾ ਹੈ ਤਲਵਾਰ ਟੁੱਟ ਜਾਂਦੀ ਹੈ ਪਰ ਉਹ ਮੁਠੇ ਦੇ ਨਾਲ ਹੀ ਦੂਸਰੇ ਨੂੰ ਮਾਰਨ ਲੱਗਦੇ ਹਨ ਜੈ ਬੈ ਨਿਰਾਸ਼ ਹੋਏ ਨਰਤ ਵੀਰ ਭਾਗੇ ਭਗੈਲ ਪੈ ਪੂਪ ਪੀਰ ਇਤਾਂ ਦੇ ਸਿਪਾਈ ਸਨ ਜਿਹੜੇ ਨਿਰਾਸ਼ ਹੋ ਚੁੱਕੇ ਨੇ ਵੀ ਸਵੇਰ ਦੇ ਲੜਦੇ ਪਈਆਂ ਸ਼ਾਮਾਂ ਪੈਣ ਵਾਲੀਆਂ ਨੇ ਕੋਈ ਰਿਜ਼ਲਟ ਨਹੀਂ ਨਿਕਲਿਆ ਨਿਰਾਸ਼ ਹੋ ਚੁੱਕੇ ਨੇ ਕੁਝ ਦੌੜ ਗਏ ਨੇ ਕੁਝ ਕਾਇਰ ਨੇ ਪਰ ਕੁਝ ਕੋਸੂਰ ਮੇ ਅੜੇ ਹੋਏ ਹਨ ਨੰਦਨ ਨਵਾਬ ਕੇ ਨੀਰਕੀਨ ਜਿਨ ਸਾਥ ਵੀਰ ਲੈ ਬੀਨ ਬੀਨ ਨੰਦਨ ਨਵਾਬ ਕੇ ਨੀਰਕੀਨ ਜਿਨ ਸਾਥ ਬੀਰਲੇ ਬੀਨ ਬੀਨ ਹੁਣ ਜਿਹੜਾ ਸੀ کریم ਬਖਸ਼ ਚੁਣ ਚੁਣ ਕੇ ਸਿਪਾਈ ਲੈ ਕੇ ਆਇਆ ਸੀ ਤੇ ਉਹਨੇ ਕੀ ਕੀਤਾ ਵੀ ਜਿੱਥੇ ਸਿੱਖਾਂ ਦਾ ਕਬਜ਼ਾ ਸੀ ਜਿਹੜੀ ਥਾਂ ਦੇ ਉੱਤੇ ਉਥੇ ਆਪਣੀ ਫੌਜੀਆਂ ਨੂੰ ਪਹੁੰਚਾਇਆ ਹੈ ਉੱਚੇ ਪ੍ਰਕਾਰ ਸਭ ਸੋਖ ਹੰਤ ਮਿਲ ਜਾਹੇਲ ਕਰ ਸ਼ਸਤਰ ਹੰਤ ਤੇ کریم ਬਖਸ਼ ਆਪਣੇ ਸਿਪਾਈਆਂ ਨੂੰ ਕਹਿੰਦਾ ਵੀ ਇਕੱਠੇ ਹੋ ਕਰਕੇ ਹੱਲਾ ਕਰੋ ਇਹ ਸੇਖ ਹਲਪ ਤੁਮਰੇ ਅਗਾਰ ਕਰ ਕਤਲ ਸਭਨ ਦੇਹ ਮਾਰ ਢਾਰ ਇਹ ਥੋੜੇ ਜੇ ਸਿੱਖ ਨੇ ਤੁਹਾਡੇ ਸਾਹਮਣੇ ਥੋੜੇ ਜਿਹੇ ਸਿੱਖ ਨੇ ਇਹਨਾਂ ਨੂੰ ਕਤਲ ਕਰ ਦਿਓ ਗਿਣਤੀ ਦੇ ਸਿੱਖ ਹਨ ਗੁਰੂ ਹਰਗੋਬਿੰਦ ਕੋ ਘੇਰ ਲਿਹੁ ਮਿਲ ਕੈਸ ਮੂਹ ਨਹਿ ਜਾਨ ਦੇਹ ਗੁਰੂ ਹਰਗੋਬਿੰਦ ਸਾਹਿਬ ਨੂੰ ਘੇਰਾ ਪਾ ਲੋ ਗੁਰੂ ਨੂੰ ਜਾਨ ਨਹੀਂ ਦੇਣਾ ਹੈ ਰਣ ਕਰਤ ਜੈਤ ਕੋ ਗਹੋ ਧਾਏ ਨਤ ਦੇਹੁ ਮਾਰ ਨਹਿ ਭਾਜ ਜਾਏ ਵੀ ਜਿਉਂਦਿਆਂ ਪਕੜਨਾ ਹੈ ਨਤ ਮਾਰ ਦੇਹੋ ਜੇ ਗੁਰੂ ਜਿਉਂਦਿਆਂ ਨਾ ਪਕੜਿਆ ਗਿਆ ਗੁਰੂ ਨੂੰ ਮਾਰ ਦੇਣਾ ਹੈ ਸਿੱਖਾਂ ਦੇ ਗੁਰੂ ਨੂੰ ਭੱਜਨ ਨਹੀਂ ਦੇਣਾ ਹੈ ਰਣ ਫਤਿਹ ਹੋਏ ਤੁਮਰੀ ਵਿਸਾਲ ਪੁਨ ਦਰਬ ਜਗੀਰਨ ਲਿਹੋ ਜਾਲ ਮੁੜ ਕੇ ਤੁਹਾਡੀ ਫਤਿਹ ਹੋਏਗੀ ਜਦੋਂ ਫਤਿਹ ਹੋਗੀ ਮੈਂ ਤੁਹਾਨੂੰ ਬਹੁਤ ਤੋਹਫੇ ਦਵਾਂਗਾ ਧਨ ਦਵਾਂਗਾ ਜਗੀਰਾਂ ਦੇਣਾ ਕਰਾਂਗਾ ਘਰ ਕਰੋ ਖੁਸ਼ੀ ਪੀ ਬੋ ਸ਼ਰਾਬ ਮਿਲ ਸਭਨ ਬੀਚ ਪਖਿਓ ਕਬਾਬ ਤੁਸੀਂ ਕਬਾਬ ਖਾਓ ਸ਼ਰਾਬ ਪੀਓ ਖੁਸ਼ੀ ਜਾ ਖੁਸ਼ੀ ਮਨਾਓ ਪਰਿਵਾਰ ਦੇ ਵਿੱਚ ਰਹਿਣਾ ਕਰਿਓ ਬਹੁਤ ਸਿਫਤ ਹੋਏ ਸਭ ਕੀ ਜਹਾਨ ਜਹ ਜਾਹ ਤਹਾਂ ਦੇ ਅਦਿਕ ਮਾਨ ਤੁਹਾਡੀ ਦੁਨੀਆ ਦੇ ਵਿੱਚ ਬੜੀ ਸਿਫਤ ਹੋਏਗੀ ਵੀ ਤੁਸੀਂ ਜੰਗ ਜਿੱਤ ਲਈ ਹੈ ਤੁਸੀਂ ਮਹਾਨ ਸੂਰਮੇ ਹੋ ਜਿੱਥੇ ਵੀ ਜਾਓਗੇ ਤੁਹਾਨੂੰ ਬੜੀ ਵਡਿਆਈ ਮਿਲੇਗੀ ਬਹੁਤ ਆਨਰ ਮਿਲੇਗਾ ਸਨਮਾਨ ਮਿਲੇਗਾ ਇਮ ਕਹਿ ਤਲਾ ਸਾ ਅਦਿਕ ਕੀਨ ਲੈ ਸਵਨ ਸੰਗਾਯੋ ਪਰਵੀਨ ਇਸ ਤਰੀਕੇ ਦੇ ਨਾਲ ਕਰੀਮ ਬਖਸ਼ ਨੇ ਆਪਣੇ ਸਪਾਹੀਆਂ ਨੂੰ ਦਲਾਸਾ ਦਿੱਤਾ ਤੇ ਅੱਗੇ ਲੈ ਕਰਕੇ ਆਇਆ ਹੈ ਜਬ ਬਦਿਓ ਅਗਰ ਘੋੜਾ ਕੁਦਾਏ ਤਬ ਵਿਦੀ ਚੰਦ ਸਤਗੁਰ ਮਨਾਏ ਤੇ ਜਦ ਉਹ ਘੋੜਾ ਲੈ ਕਰਕੇ ਅੱਗੇ ਹੋਇਆ ਹੈ ਇਧਰ ਗੁਰੂ ਦਾ ਸਿੱਖ ਭਾਈ ਬਿਦੀ ਚੰਦ ਜਿਨੇ ਗੁਰੂ ਨੂੰ ਬਣਾਇਆ ਸੀ ਉਹ ਟਾਕਰਾ ਕਰਦਾ ਹੈ। ਘਰ ਤਨੁਖਤਾਰ ਤੀਰਨ ਪਰ ਹਾਰ ਜੋ ਬਧੇ ਅਗਰ ਤਿਸ ਦੇਤ ਮਾਰ। ਮੁਗਲ ਸਿਪਾਈ ਅੱਗੇ ਵਧਨ ਦਾ ਯਤਨ ਕਰਦੇ ਨੇ ਭਾਈ ਬਿਦੀ ਚੰਦ ਨੇ ਤੀਰਾਂ ਦੀ ਵਰਖਾ ਕਰ ਦਿੱਤੀ। ਕਮਾਨ ਦੇ ਵਿੱਚ ਤੀਰ ਪਾ ਕੇ ਬਹੁਤ ਤੀਰ ਛੱਡੇ ਹਨ। ਆਪਣੋ ਤੁਰੰਗ ਤਹ ਫੇਰ ਫੇਰ ਰਣ ਤੁਰਕ ਖਬਾਬਤ ਵੇਰ ਵੇਰ। ਆਪਣੋ ਤੁਰੰਗ ਤਹ ਫੇਰ ਫੇਰ ਭਾਈ ਬਿਦੀ ਚੰਦ ਆਪਣੇ ਘੋੜੇ ਨੂੰ ਘੁਮਾਉਂਦਾ ਹੈ ਤੇ ਘੁਮਾ ਕੇ ਤੀਰ ਮਾਰਦਾ ਹੈ ਤੇ ਬੜੇ ਸ਼ਤਰੂਆਂ ਨੂੰ ਵੈਰੀਆਂ ਨੂੰ ਖਪਾ ਦਿੱਤਾ ਹੈ ਤਬ کریم ਬਖਸ਼ੇ ਵਰਸੀ ਸੰਭਾਰ ਨਿਜਹਿਨ ਚਾਏ ਹਣ ਬਾਰ ਬਾਰ ਇੱਥੇ ਜਿਹੜਾ ਹੁਣ کریم ਬਖਸ਼ੇ ਉਹਦੇ ਹੱਥ ਵਿੱਚ ਵਰਸੀ ਹੈ ਉਹਨੇ ਆਪਣੇ ਘੋੜੇ ਨੂੰ ਫਰਾਇਆ ਹੈ ਘੋੜਾ ਹੁੰਦਾ ਨੱਚਦਾ ਹੈ ਨਚਨ ਤੋਂ ਭਾਵ ਘੁੰਮਦਾ ਹੈ ਬੜਾ ਚੰਚਲ ਹੈ ਜਿਹੜੀ ਐਕਟੀਵਿਟੀ ਬਹੁਤ ਤੇਜ਼ੀ ਨਾਲ ਕਰਦਾ ਹੈ ਜਿਸਕੇ ਸਾਹ ਇੱਕ ਖੱਤਰੀ ਸੁਦੰਦ ਇੱਕ ਰਤਨ ਚੰਦ ਅਰ ਕਰਮਚੰਦ ਹੁਣ کریم ਬਖਸ਼ ਦੇ ਨਾਲ ਦੋ ਖੱਤਰੀ ਸਨ ਇੱਕ ਸੀ ਰਤਨ ਚੰਦ ਇੱਕ ਸੀ ਕਰਮਚੰਦ ਬਹੁ ਸੁਬਟ ਸੰਗ ਕਰ ਮਾਰ ਮਾਰ ਹਿਤ ਕੇ ਹਥਿਆਰ ਦੇ ਆਵਨ ਡਾਰ ਤੇ ਕਵੀ ਜੀ ਲਿਖਦੇ ਪਏ ਹਨ ਵੀ ਬਹੁ ਸੁਬਟ ਸੰਗ ਕਰ ਮਾਰ ਮਾਰ ਬڑے ਦੁਸ਼ਮਨਾ ਨੂੰ ਇੰਨੇ ਮਾਰਿਆ ਹੈ ਸਿੱਖਾਂ ਨੂੰ ਭਾਵ ਇੰਨੇ ਸਿੱਖ ਸਪਾਈਆਂ ਨੂੰ ਮਾਰਿਆ ਹੈ ਸਿੱਖਾਂ ਸਪਾਈਆਂ ਨੂੰ ਬਹੁਤ ਖਤਮ ਕੀਤਾ ਆਪਣੇ ਹਥਿਆਰਾਂ ਦੇ ਨਾਲ ਕੋਈ ਅੰਗ ਛੰਦ ਕਨੇ ਸਿੱਖਿਆ ਹੈ ਪਰੇ ਦੌਰ ਐਸੇ ਪਿਖੇ ਮਾਸ ਕੋ ਬਾਜ ਧਾਵਤ ਜੈਸੇ ਤੇ ਕਵੀ ਜੀ ਲਿਖਦੇ ਨੇ ਵੀ ਜਦੋਂ ਹੁਣ ਇਹ ਅੱਗੇ ਹੋਇਆ ਹੈ ਗੁਰੂ ਕੇ ਸਿੱਖਾਂ ਦੇ ਤੇ ਟੁੱਟ ਕੇ ਪੈ ਗਏ ਨੇ ਦੌੜ ਕੇ ਪੈ ਗਏ ਨੇ ਜਿਸ ਤਰ੍ਹਾਂ ਮਾਸ ਨੂੰ ਦੇਖ ਕਰਕੇ ਜਿਹੜਾ ਬਾਜ ਹੈ ਇੱਕਦਮ ਆ ਕਰਕੇ ਪੈ ਜਾਂਦਾ ਜਿੱਥੇ ਮਾਸ ਹੋਏ ਉਥੇ ਇੱਕਦਮ ਆ ਕਰਕੇ ਬਹਿ ਜਾਂਦਾ ਹੈ ਛੱਪ ਲੈਂਦਾ ਹੈ ਗੁਰੂ ਕੇ ਸਿੱਖ ਜਦੋਂ ਇਹਨਾਂ ਨੇ ਵੇਖਿਆ ਵੀ ਸਾਨੂੰ ਦਬਾਈ ਜਾਂਦਾ ਹੈ ਦਬਾਈ ਜਾਂਦਾ ਹੈ ਪਿਛੇ ਧੱਕੀ ਜਾਂਦਾ ਹੈ ਤੇ ਗੁਰੂ ਕੇ ਸਿੱਖਾਂ ਨੇ ਕੀ ਕੀਤਾ ਹੈ ਵੀ ਇੱਕਦਮ ਦੌੜ ਕੇ ਇਕੱਠਿਆਂ ਨੇ ਹੱਲਾ ਕੀਤਾ ਹੈ ਧਕਾ ਤੱਕ ਤੀਰੰਘ ਤਾ ਵੱਠ ਹੋਏ ਕਰਾਚੋਲ ਵਾਹੇ ਓ ਟੇਢਾਲਖ ਹੋਏ ਇੱਕ ਦੂਸਰੇ ਨੂੰ ਧੱਕਾ ਮਾਰਿਆ ਹੁਣ ਹੱਥਾਂ ਦੇ ਨਾਲ ਲੜਾਈ ਸ਼ੁਰੂ ਹੋ ਗਈ ਜਿਹਨੂੰ ਆਪਾਂ ਕਹਿੰਦੇ ਨੇ ਹੱਥੋਂ ਪਾਈ ਹੋ ਗਈ ਹੈ ਗੁਰੂ ਕੇ ਸਿੱਖ ਮੁਗਲਾਂ ਦੇ ਨਾਲ ਹੱਥਾਂ ਨਾਲ ਲੜਦੇ ਨੇ ਹੱਥਾਂ ਨਾਲ ੱਤਕੇ ਮਾਰ ਕੇ ਪਰੇ ਕਰਦੇ ਹਨ ਟੂਟਾ ਤੀਖ ਤੇਗੇ ਲਹੈ ਲੋਗ ਓਪੇ ਕਿਤੇ ਅੰਗ ਕਾਟੇ ਗਰੈ ਸੂਰ ਪੇ ਹੁਣ ਇੱਥੇ ਜਿਹੜੇ ਤਿੱਖੇ ਤੇਗੇ ਨੇ ਹੁਣ ਉਹ ਚਲਕ ਪਏ ਨੇ ਪਹਿਲਾਂ ਤੇ ਹੱਥਾਂ ਨਾਲ ਲੜਾਈ ਹੋਈ ਫਿਰ ਢਾਲਾਂ ਕੱਢ ਲੀਆਂ ਫਿਰ ਕਿਰਪਾਨਾਂ ਕੱਢ ਲੀਆਂ ਨੇ ਜਿਹੜੀਆਂ ਤਿੱਖੀਆਂ ਤਲਵਾਰਾਂ ਸੀ ਜਦੋਂ ਚਲੀਆਂ ਨੇ ਤਿੱਖੀਆਂ ਤਲਵਾਰਾਂ ਨੇ ਸੂਰਮਿਆਂ ਦੇ ਸਪਾਈਆਂ ਦੇ ਜਿਹੜੇ ਅੰਗ ਨੇ ਕੱਟ ਦਿੱਤੇ ਹਨ ਮਹਾਂ ਲੋਥ ਪੋਥਾਨ ਹੋਈ ਕਰਾਲਾ ਭੈ ਸ਼੍ਰੋਣ ਜਾਤੋ ਧਰਾਂ ਰੰਗ ਲਾਲਾ ਤੇ ਬੜੀਆਂ ਲੋਥਾਂ ਲੱਗੀਆਂ ਨੇ ਲਾਲ ਰੰਗ ਹੋ ਗਿਆ ਹੁਣ ਜਿੰਦੇ ਵੀ ਤਲਵਾਰ ਵੱਜਦੀ ਉਹਦਾ ਅੰਗ ਕੱਟਿਆ ਜਾਂਦਾ ਕਈਆਂ ਦੇ ਤਲਵਾਰ ਵੱਜਦੀ ਸਿਰ ਲੱਗ ਹੋ ਗਿਆ ਢਿੱਡ ਵਿੱਚ ਕਿਰਪਾਨ ਵੱਜੀ ਖਤਮ ਹੋ ਗਏ ਸੋ ਇਸ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਵੀ ਜਿੱਧਰ ਵੀ ਵੇਖੀਦਾ ਹੈ ਲਾਲ ਹੀ ਲਾਲ ਧਰਤੀ ਹੈ ਖੂਨ ਦੀ ਨਦੀ ਵਹਿੰਦੀ ਪਈ ਹੈ ਆਪਾਂ ਜਿਹਨੂੰ ਆਮ ਸੁਣਦੇ ਸਾਂ ਕਵੀ ਦੀ ਕਹਿੰਦੇ ਵੀ ਇਹ ਜਿਹੜਾ ਮੈਦਾਨ ਦਾ ਜੰਗ ਹੈ ਜੰਗ ਦਾ ਜਿਹੜਾ ਮੈਦਾਨ ਹੈ ਇਹ ਮਨੁਖ ਖੂਨ ਦੀ ਨਦੀ ਬਣ ਚੁੱਕਾ ਹੈ ਕਰਿਓ ਖਾਨ ਹੇਲਾ ਗੁਰੂ ਸੂਰ ਹਾਲੇ ਪ੍ਰੇ ਸਤਰਬਿੰਦੰ ਕਹਾ ਤੀਕ ਝਾਲੇ ਤੇ ਗੁਰੂ ਕੇ ਸਿੱਖ ਜਿਹੜੇ ਨੇ ਉਹ ਸਹਿੰਦੇ ਪਏ ਨੇ ਪਰ ਜਦੋਂ ਖਾਨ ਨੇ ਆਪਣੇ ਸਪਾਈਆਂ ਦੇ ਨਾਲ ਇਕੱਠਿਆਂ ਸਿੱਖਾਂ ਦੇ ਉੱਤੇ ਹੱਲਾ ਕੀਤਾ ਹੈ ਹੁਣ ਸਿੱਖ ਕਿਥੋਂ ਤੱਕ ਸਹਾਰ ਸਕਦੇ ਸਨ ਸਟਾਇ ਸ਼ੀਤੰਕ ਤਹਾਂ ਤੀ ਕਿ ਆਏ ਨਵਾਬੰਗ ਨਜੂਜੰਗ ਪਰਿਓ ਜੋਨ ਥਾਏ ਹੁਣ ਹੋਇਆ ਕਿਸੀ ਵੀ ਜਿੱਥੇ ਅਬਦੁਲ ਖਾਨ ਦਾ ਪੁੱਤਰ ਮਰਿਆ ਸੀ ਵੱਡਾ ਜਿਹੜਾ ਪੁੱਤਰ ਮਰਿਆ ਸੀ ਗੁਰੂ ਕੇ ਸਿੱਖਾਂ ਨੇ ਉਹਦੇ ਦਿਵਾਲੇ ਘੇਰਾ ਕੱਟਿਆ ਸੀ ਹੁਣ ਕਰੀਮ ਬਖਸ਼ ਚਾਹੁੰਦਾ ਸੀ ਮੈਂ ਉੱਥੇ ਆਵਾਂ ਆਪਣੇ ਭਰਾ ਦੀ Laash ਵੇਖਾਂ ਇਹਨੇ ਫਿਰ ਤਕੜਾ ਹੱਲਾ ਕੀਤਾ ਸਿੱਖਾਂ ਨੂੰ ਪਿੱਛੇ ਧੱਕ ਦਿੱਤਾ ਜਿਹੜੀ ਧਰਤੀ ਜਿਹੜੀ ਥਾਂ ਦੇ ਉੱਤੇ ਸਿੱਖਾਂ ਦਾ ਕਬਜ਼ਾ ਸੀ ਉਹ ਕਬਜ਼ਾ ਖੁੱਸ ਗਿਆ ਹੈ ਜਿਹੜੀ ਥਾਂ ਤੇ ਉਹਦੀ Laash ਪਈ ਸੀ ਅਬਦੁਲ ਖਾਨ ਦੇ ਵੱਡੇ ਪੁੱਤਰ ਦੀ Laash ਪਈ ਸੀ ਉਹ Laash ਨਜ਼ਰੀ ਪਈ ਹੈ ਵਿਖਿਓ ਪ੍ਰਾਤ ਜੇਠਾ ਕਟੇ ਅੰਗ ਡਾਲਾ ਪਰਿਓ ਤੂਰ ਮੈਂ ਟੁੰਡ ਮੁੰਡੇ ਕਰਾਲਾ ਰਹੀਮ ਬਖਸ਼ ਵੇਖਦਾ ਕੀ ਵੇਖਦਾ ਸਾਹਮਣੇ ਹੁੰਦਾ ਭਰਾ ਮਰਿਆ ਪਿਆ ਹੈ ਖੂਨ ਦੇ ਨਾਲ ਲੱਥ ਪਾਥੇ ਮਿੱਟੀ ਦੇ ਨਾਲ ਲੱਥ ਪਾਥੇ ਉਹਨੇ ਪਹਿਚਾਨ ਲਿਆ ਤੇ ਸਰੀਰ ਦੇ ਅੰਗ ਵੀ ਕੱਟੇ ਹੋਏ ਹਨ ਵੱਡੇ ਪਏ ਹਨ ਗਿਰਿਓ ਨੈਨ ਤੇ ਨੀਰ ਦੋਦੰਤ ਹੀਰੇ ਪੁਨੰ ਜੁਦ ਕੋ ਕੋਪ ਕੀਨੋ ਘਨੇਰੇ ਜਦੋਂ ਆਪਣੇ ਸਕੇ ਭਰਾ ਨੂੰ ਵੇਖਿਆ ਵੀ ਮਰਿਆ ਪਿਆ ਹੈ ਬੁਰੀ ਹਾਲਤ ਤੇ ਪਛਾਣਿਆ ਨਹੀਂ ਜਾਂਦਾ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗ ਪਏ ਇਹਨੇ ਰੋਣਾ ਸ਼ੁਰੂ ਕਰ ਦਿੱਤਾ ਥੋੜਾ ਚਿਰ ਰੋਇਆ ਮੁੜ ਕੇ ਉਹ ਬਹੁਤ ਗੁੱਸਾ ਆਇਆ ਇੰਦੇ ਅੰਦਰ ਬੜਾ ਜੋਸ਼ ਭਰ ਗਿਆ ਵੀ ਹੁਣ ਮੈਂ ਸਿੱਖਾਂ ਨੂੰ ਨਹੀਂ ਛੱਡਣਾ ਹੈ ਦਬਾਇਗਾਰੀ ਪ੍ਰਹਾਰੇ ਪਜਾਏ ਨਹੀਂ ਪਾਏ ਜਾਮੇ ਕਨੇ ਸ਼ਸਤਰ ਆਏ ਇੰਨੇ ਫਿਰ ਸਿੱਖਾਂ ਨੂੰ ਦਬਾਣਾ ਦਬਾਇਆ ਹੈ ਤੇ ਕਵੀ ਜੀ ਕਹਿੰਦੇ ਸਿੱਖ ਸਿਪਾਈ ਜਿਹੜੇ ਪਿੱਛੇ ਨੂੰ ਦੌੜੇ ਹਨ ਨਹੀਂ ਪਾਏ ਜਾਮੇ ਉਹਨਾਂ ਦੇ ਹੁਣ ਪੈਰ ਨਹੀਂ ਜੰਮੇ ਕਿਉਂਕਿ ਇਹਨਾਂ ਦਾ ਵਾਰ ਬਹੁਤ ਤਕੜਾ ਸੀ ਮਰੇ ਸੈਂਕੜੇ ਸੂਰ ਖੇਤੰ ਮੰਜਾਰਾ ਨਮਾਵੰਤ ਤੁਜੁ ਜੰਗ ਕਰਿਓ ਜੰਗ ਭਾਰਾ ਹੁਣ ਇੱਥੇ ਹੱਲਾ ਜਿਹੜਾ ਤਾਕਤਵਰ ਰਿਹਾ ਹੈ ਰਹੀਮ ਬਖਸ਼ ਦਾ ਹੱਲਾ ਬਹੁਤ ਸਟਰੋਂਗ ਸੀ ਬਹੁਤ ਤਾਕਤਵਾਲਾ ਸੀ ਸੈਂਕੜੇ ਸਿੱਖ ਸਿਪਾਈ ਜਿਹੜੇ ਨੇ ਅਬਦੁਲ ਖਾਨ ਨੇ ਅਬਦੁਲ ਖਾਨ ਦੇ ਪੁੱਤਰ ਨੇ ਮਾਰੇ ਹਨ ਹਿਰਦੇ ਸ਼ੌਂਕ ਤੇ ਕੋਪ ਜਾਗਿਓ ਵਡੇਰੇ ਭਜੇ ਸਿੱਖ ਧੌਰੇ ਵਿਦੀ ਚੰਦ ਹਿਰੇ ਕੁਝ ਹੁਣ ਸਿੱਖ ਸਿਪਾਈ ਵੀ ਪਿੱਛੇ ਨੂੰ 도ੜ ਗਏ ਨੇ ਭਾਈ ਵਿਦੀ ਚੰਦ ਨੇ ਵੇਖਿਆ ਇੱਧਰ ਫਿਰ ਇਹਦੇ ਅੰਦਰ ਬੜਾ ਗੁੱਸਾ ਸੀ ਵੀ ਹੁਣ ਮੈਂ ਸਿੱਖਾਂ ਨੂੰ ਨਹੀਂ ਛੱਡਣਾ ਹੈ ਤਬੇ ਚਾਬ ਤੇ ਤੀਰ ਤੀਖੇ ਪ੍ਰਹਾਰੇ ਲੱਗੇ ਸ਼ਸਤਰ ਕੇ ਅੰਗ ਪਾਰੇ ਪਦਾਰੇ ਤੇ ਭਾਈ ਵਿਦੀ ਚੰਦ ਨੇ ਵੇਖਿਆ ਵੀ ਸਿੱਖਾਂ ਨੂੰ ਪਿੱਛੇ ਧੱਕ ਦਿੱਤਾ ਸਿੱਖ ਪਿੱਛੇ ਨੂੰ ਜਾ ਰਹੇ ਨੇ ਤੇ ਭਾਈ ਵਿਧੀ ਚੰਦ ਕੁਲ ਕਮਾਨ ਸੀ ਤੀਰ ਪਾਏ ਨੇ ਕਮਾਨ ਦੇ ਵਿੱਚ ਤੇ ਤਿੱਖੇ-ਤਿੱਖੇ ਤੀਰ ਮਾਰਨੇ ਸ਼ੁਰੂ ਕਰ ਦਿੱਤੇ ਹਨ ਜਿਉ ਰੁ ਕਾਗਾ ਜਥਾ ਦੇਕ ਪਾਟੇ ਕਰੇ ਸਿੱਖ ਪਿਛੇ ਬਡੇ ਖਾਨ ਡਾਟੇ ਤੇ ਹੋਇਆ ਕਿ ਅਸੀਂ ਵੀ ਜਿਹੜੇ ਇੱਕ ਦਮ ਹੱਲਾ ਕਰਕੇ ਸਿੱਖਾਂ ਨੂੰ ਪਿਛੇ ਪਿਛੇ ਤੱਕਦੇ ਪਏ ਸਨ ਭਾਈ ਵਿਧੀ ਚੰਦ ਨੇ ਇੰਨੀ ਫੁਰਤੀ ਨਾਲ ਤੀਰ ਮਾਰੇ ਕਿ ਉਹਨਾਂ ਨੂੰ ਠੱਲ ਪਾ ਦਿੱਤੀ ਹੈ ਕਰੇ ਸਿੱਖ ਪਿਛੇ ਬਡੇ ਖਾਨ ਡਾਟੇ ਜਿਹੜਾ ਖਾਨ ਡਟਿਆ ਹੋਇਆ ਸੀ ਭਾਈ ਬਿਧੀ ਚੰਦ ਨੇ ਉਹਦੀ ਰਫਤਾਰ ਉੱਤੇ ਰੋਕ ਲਾ ਦਿੱਤੀ ਹੈ ਥੱਲੇ ਪਥੱਲੇ ਲਬੇਰੇ ਪਥੇਰੇ ਭਰੀ ਥੂਮ ਪਾਰੀ ਪੁਕਾਰੇ ਕਨੇਰੇ ਤੇ ਇੱਥੇ ਕੀ ਹੋਇਆ ਵੀ ਉਤਲ ਫੁਤਲ ਹੋ ਗਈ ਹੈ ਕੁਝ ਥੱਲੇ ਡਿੱਗ ਪਏ ਨੇ ਕੁਝ ਘੋੜਿਆਂ ਦੇ ਉੱਤੇ ਕੁਝ ਪੈਦਲ ਨੇ ਤੇ ਬੜੀ ਧੂੜ ਉੱਡਦੀ ਪਈ ਹੈ ਮਿੱਟੀ ਉੱਡਦੀ ਪਈ ਹੈ ਲੈ ਰੋਕ ਸਾਰੇ ਇਸੀ ਰੀਤ ਜਾਨ ਹੜੰਗ ਨੀਰ ਕੋ ਸਹਿਲ ਜੈਸੀ ਮਹਾਨ ਜਿਸ ਤਰ੍ਹਾਂ ਹੜ ਦਾ ਪਾਣੀ ਹੋਏ ਤੇ ਮਨੂ ਪਹਾੜ ਹੜ ਦੇ ਪਾਣੀ ਨੂੰ ਰੋਕ ਲੇ ਇਸੇ ਹੀ ਤਰ੍ਹਾਂ ਭਾਈ ਵੀਦੀ ਚੰਦ ਨੇ ਰਹੀਮ ਬਖਸ਼ ਦੇ ਟੋਲੇ ਨੂੰ ਰੋਕਿਆ ਹੈ ਉਹ ਚੜ ਕੇ ਆ ਰਿਆ ਸੀ ਨਪ ਲਿਆ ਸੀ ਉਹਨਾਂ ਨੇ ਸਿੱਖਾਂ ਦਾ ਜਿਹੜਾ ਧਰਤੀ ਦਾ ਹਿੱਸਾ ਕਬਜ਼ੇ ਵਾਲਾ ਸੀ ਉਹੋ ਵੀ ਨਪ ਲਿਆ ਸਿੱਖਾਂ ਨੂੰ ਪਿੱਛੇ ਧੱਕ ਦਿੱਤਾ ਭਾਈ ਵਿਦੀ ਚੰਦ ਨੇ ਵੇਖਿਆ ਵੀ ਕੰਮ ਖਰਾਬ ਏ ਸਾਡੇ ਸਿੱਖ ਵੀ ਪਿੱਛੇ ਨੂੰ 도ੜਨ ਲੱਗ ਪਏ ਹਨ ਫਿਰ ਵਿਦੀ ਚੰਦ ਦੇ ਤੀਰਾਂ ਦੀ ਵਰਖਾ ਨੇ ਉਹ ਜਿਹੜੀ ਪਹਿਲੀ ਕਤਾਰ ਸੀ ਉਹਨੂੰ ਰੋਕ ਦਿੱਤਾ ਹੈ ਜਥਾ ਜੰਗ ਸੰਭਾ ਬਿੰਦੀ ਚੰਦ ਹੋਵਾ ਕਰੀਮੂ ਬਡੋ ਜੋਰ ਦੇ ਕੈ ਸੂ ਜੋਵਾ ਮਨੂ ਭਾਈ ਵਿਦੀ ਚੰਦ ਇਸ ਜੰਗ ਦੇ ਵਿੱਚ ਥੰਬ ਬਣ ਕੇ ਖੜੋ ਗਿਆ ਹੈ ਕਰੀਮੂ ਬਡੋ ਜੋਰ ਦੇ ਕੈ ਸ ਜੋਵਾ ਕਰੀਮ ਬਖਸ਼ ਨੇ ਬੜਾ ਜ਼ੋਰ ਲਾਇਆ ਬਿਧੀਚੰਦ ਨੂੰ ਪਿੱਛੇ ਕਰੀਏ ਪਰ ਬਿਧੀਚੰਦ ਦੇ ਤੀਰਾਂ ਦੀ ਵਰਖਾ ਦੇ ਸਾਹਮਣੇ ਕੋਈ ਅੜ ਨਾ ਸਕਿਆ ਖਰੋਹੋ ਹੋ ਗੀਦੀ ਕਹਾਂ ਜਾ ਤਿਆਗੇ ਲਰੋ ਸੰਗ ਮੇਰੇ ਚ ਹੈ ਪ੍ਰਾਣ त्याਗੇ ਤੇ ਇੱਥੇ ਫਿਰ ਬਿਧੀਚੰਦ کریم ਬਖਸ਼ ਨੂੰ ਲਲਕਾਰਦਾ ਹੈ ਭਾਈ ਬਿਧੀਚੰਦ ਕਹਿੰਦਾ ਉਹ ਕਾਇਰਾ ਕਿੱਥੇ ਜਾ ਰਿਆਂ ਜੇ ਤੇਰੇ ਵਿੱਚ ਤਾਕਤ ਹੈ ਮੇਰੇ ਨਾਲ ਲੜ ਕੇ ਵਿਖਾ ਲਰੋ ਸੰਗ ਮੇਰੇ ਚ ਹੈ ਪ੍ਰਾਣ त्याਗੇ ਜੇ ਤੈਨੂੰ ਮੌਤ ਪਿਆਰੀ ਏ ਮੇਰੇ ਨਾਲ ਇੱਕ ਵਾਰੀ ਦੋ ਹੱਥ ਕਰ ਮੇਰੇ ਨਾਲ ਲੜਕੇ ਵਿਖਾ ਸੁਣੀ ਬਾਤ ਕਾਨੰਖਰੀ ਮੂਰਸਾਯੋ ਘਿਓ ਸੇਲ ਤਿਖੋ ਤਰੰਗੇ ਤਵਾਯੋ ਤੇ ਕ੍ਰੀਮ ਬਖਸ਼ ਨੂੰ ਬੜਾ ਗੁੱਸਾ ਆਇਆ ਵੀ ਵਿਦੀ ਚੰਦ ਨੇ ਮੈਨੂੰ ਕਾਇਰ ਕਿਆ ਹੈ ਕਿਸੇ ਸੂਰਮੇ ਨੂੰ ਕਾਇਰ ਕਹਿਦੋਂ ਉੰਦੀ ਬੇਇੱਜ਼ਤੀ ਹੈ ਇਹਨੂੰ ਬੜਾ ਗੁੱਸਾ ਆਇਆ ਇਹਨੇ ਘੋੜੇ ਦੀ ਜਿਹੜੀ ਬਾੰਗ ਸੀ ਉਪਾਈ ਵਿਧੀ ਚੰਦ ਵੱਲ ਮੋੜੀ ਹੈ ਵਿਧੀ ਚੰਦ ਕੇ ਨਿਰ ਟਿਉ ਕਿਉ ਸਵਾਈ ਪਰਹਾਰ ਉਤ ਬੈ ਸਾਮੂਹ ਹੈ ਓਜ ਲਾਈ ਜਿੱਦਰ ਵਿਧੀ ਚੰਦ ਘੋੜੇ ਤੇ ਸੀ ਇਹਨੇ ਕੀ ਕੀਤਾ ਆਪਣੇ ਘੋੜੇ ਨੂੰ ਉਸ ਦਿਸ਼ਾ ਦੇ ਵੱਲ ਭਜਾਇਆ ਹੈ ਭਾਈ ਵਿਧੀ ਚੰਦ ਉਤੇ ਜ਼ੋਰ ਕੇ ਤਾਕਤ ਨਾਲ ਵਾਰ ਕੀਤਾ ਲਗਿਓ ਜੀਨ ਵਿਚ ਖਰਗੀ ਨੰ ਫਰੋਇਓ ਗੁਰੂ ਜੀ ਬਚਾਇ ਸੁਹਾਈ ਸੁ ਹੋਇਓ ਤੇ ਕੀ ਹੋਇਆ ਵੀ ਇਹਨੇ ਨੇਜੇ ਨਾਲ ਵਾਰ ਕੀਤਾ ਹੱਥ ਵਿੱਚ ਨੇਜਾ ਪਕੜ ਕੇ ਘੋੜੇ ਨੂੰ ਪਜਾ ਕੇ ਵਿਦੀਚੰਦ ਦੇ ਸਰੀਰ ਉੱਤੇ ਜਦੋਂ ਵਾਰ ਕੀਤਾ ਬਚ ਗਿਆ ਵਿਦੀਚੰਦ ਗੁਰੂ ਨੇ ਬਚਾ ਲਿਆ ਉਹ ਕਾਠੀ ਤੇ ਨੇਜਾ ਜਾ ਵਜਿਆ ਘੋੜੇ ਦੀ ਜਿਹੜੀ ਕਾਠੀ ਸੀ ਉੱਥੇ ਜਿਹੜਾ ਨੇਜਾ ਗੱਡਿਆ ਗਿਆ ਹੈ ਨਿਕਾਸਯਦ ਧਾਰਾ ਸੁਖੰਡਾ ਪ੍ਰਚੰਡੰ ਕਟਿਓ ਸੇਲगिर ਭੈ ਦੋਇ ਖੰਡੰ ਹੋ ਇੰਨੀ ਜ਼ੋਰ ਕੇ ਵਾਰ ਕੀਤਾ ਵੀ ਉਹ ਕਾਠੀ ਦੇ ਉੱਤੇ ਜਿਹੜਾ ਨੇਜਾ ਗੱਡਿਆ ਗਿਆ ਭਾਈ ਵਿਦੀਚੰਦ ਦੀ ਕਾਠੀ ਦੇ ਉੱਤੇ ਭਾਈ ਵਿਦੀਚੰਦ ਨੇ ਫਿਰ ਖੰਡਾ ਕੱਢਿਆ ਖੰਡੇ ਦੇ 바ਰ ਦੇ ਨਾਲ ਦੋ ਟੋਟੇ ਕਰ ਦਿੱਤੇ ਹਨ ਕੇ ਉਜਾਹ ਨਹੀਂ ਮੰ ਬਾਰ ਦੀਜੈ ਨਹੀਂ ਜਾਣ ਹੈ ਹੇ ਹੋ ਥਿਰੋ ਜੰ ਕੀਜੈ ਉਹ ਜਿਹੜਾ ਕਾਠੀ ਦੇ ਵਿੱਚ ਨੇਜਾ ਗੱਡਿਆ ਗਿਆ ਸੀ ਉਹਦੇ ਤੇ ਵਾਰ ਕਰਕੇ ਉਹਨੇ ਦੋ ਟੋਟੇ ਕੀਤੇ ਤੇ ਉਹਨੂੰ ਆਪਣੀ ਕਾਠੀ ਤੋਂ ਕੱਢ ਦਿੱਤਾ ਤੇ ਵਿਧੀ ਚੰਦ ਕਹਿ ਲੱਗਾ ਵੀ ਤੂੰ ਹੁਣ ਮੇਰਾ ਵਾਰ ਦੇਖੀਂ ਨਹੀਂ ਜਾਣਦੇ ਹੂੰ ਥਿਰੋਂ ਜੰਗ ਕੀ ਦੇ ਖੜ ਕੇ ਜੰਗ ਕਰ ਮੈਂ ਤੈਨੂੰ ਦੱਸਾਂਗਾ ਲੜਾਈ ਕਿਦਾਂ ਕੀਤੀ ਜਾਂਦੀ ਹੈ ਗਜੰਗਾਹ ਬੰਦ ਪੁਨੰ ਪਾਹ ਜਾਣੋ ਨਹੀਂ ਬਾਤ ਆਛੀ ਕਰੇ ਲਾਜ ਹਨ ਵੀ ਇਹ ਗੱਲ ਚੰਗੀ ਨਹੀਂ ਹੈਗੀ ਕਿ ਤੂੰ ਲੜ ਕੇ ਮੈਦਾਨੀ ਜੰਗ ਦੇ ਵਿੱਚ ਦੌੜ ਜਾਏ ਤੇਰੀ ਇੱਜ਼ਤ ਨਹੀਂ ਹੈਗੀ ਇਹ ਬੇਇੱਜ਼ਤੀ ਹੈ ਗਜਗਾ ਬਦੰਗ ਪੁਨੰ ਭਾਨ ਭਾਗ ਜਾਣੋ ਭਾਵ ਕੋੜੀ ਦੀ ਕਾਠੀ ਨੂੰ ਕਿਸੇ ਚੀਜ਼ ਨਾਲ ਤੂੰ ਬਨ ਕੇ ਭੱਜ ਜਾਏ ਗੱਜਗਾਦਾਰ ਇੱਥੇ ਕੀਤਾ ਗਿਆ ਵੀ ਘੋੜੇ ਦੇ ਸ਼ਿੰਗਾਰ ਵਾਸਤੇ ਇੱਕ ਗਾਣਾ ਜਿਹੜਾ ਹੁੰਦਾ ਹੈ ਉਹਨੂੰ ਗੱਜਗਾ ਬੋਲਿਆ ਜਾਂਦਾ ਹੈ ਭਾਈ ਵਿਦੀ ਚੰਦ ਨੇ ਕਿਹਾ ਵੀ ਘੋੜੇ ਦੀ ਕਾਠੀ ਨੂੰ ਤੂੰ ਗਾਣੇ ਨਾਲ ਬੰਨ ਕੇ ਬਚਾ ਕੇ ਦੌੜ ਜਾਏ ਇਹਦਾ ਭਾਵ ਇਹ ਹੈ ਵਿਦੀ ਚੰਦ ਉਹਨੂੰ ਕਹਿ ਰਿਹਾ ਹੈ ਵੀ ਜੇ ਤੂੰ ਦੌੜੇਗਾ ਇੱਕ ਸੂਰਮੇ ਦੇ ਵਾਸਤੇ ਗੱਲ ਚੰਗੀ ਨਹੀਂ ਹਿੰਮਤ ਹੈ ਤਾਕਤ ਹੈ ਅਮੋਸ ਹਮਨੇ ਮੇਰੇ ਨਾਲ ਲੜ ਕੇ ਵਿਖਾਇਆ ਕ੍ਰੀਮ ਮੂਰਿ ਸਿਓ ਮੋਰ ਕੋਰਾ ਸੁਆਇਓ ਪਨੋ ਪੂਛਤੇ ਨਾਗ ਕਾਹੂੰ ਦਬਾਇਓ ਤੇ ਜਿਸ ਤਰ੍ਹਾਂ ਸੱਪ ਦੀ ਪੂਛਤੇ ਕੋਈ ਪੈਰ ਰੱਖ ਦੇ ਸੱਪ ਬੜੇ ਗੁੱਸੇ ਵਿੱਚ ਆ ਕੇ ਡੰਗ ਮਾਰਦਾ ਇਨ੍ਹਾਂ ਬਚਨਾਂ ਨੇ ਕ੍ਰੀਮ ਬਖਸ਼ਤੇ ਅੰਦਰ ਬੜਾ ਗੁੱਸਾ ਪੈਦਾ ਕੀਤਾ ਹੈ ਵੀ ਵਿਦੀ ਚੰਦ ਨੇ ਇਦਾਂ ਦੇ ਬਚਨ ਮੈਨੂੰ ਮੋਲੇ ਬੋਲੇ ਨੇ ਉਹਨੇ ਘੋੜੇ ਨੂੰ ਯੂ ਟਰਨ ਕੀਤਾ ਵਾਪਸ ਘੁਮਾਇਆ ਤੇ ਵਾਪਸ ਭਾਈ ਵਿਦੀ ਚੰਦ ਉਤੇ ਵਾਰ ਕੀਤਾ ਹੈ। ਲਿਓ ਖੈਂਚ ਤੇਗਾਹ ਤੋ ਚੀਤ ਚਾਹਿਓ ਇਤੇ ਮੈਂ ਵਿਦੀ ਚੰਦ ਨੇ ਬਾਰ ਵਾਹਿਓ। ਉਹਨੇ ਆਪਣੀ ਕ੍ਰਪਾਨ ਖਿੱਚ ਲਈ ਹੈ کریم ਬਖਸ਼ ਨੇ। ਘੋੜਾ ਦੁੜਾ ਕੇ ਆਇਆ। ਵਿਦੀ ਚੰਦ ਉਤੇ ਵਾਰ ਕਰਨ ਲੱਗਾ। ਇਧਰ ਭਾਈ ਵਿਦੀ ਚੰਦ ਦੇ ਹੱਥ ਵਿੱਚ ਖੰਡਾ ਹੈ। ਭਾਈ ਵਿਦੀ ਚੰਦ ਵੀ ਤਿਆਰ ਹੈ। ਕਰੀ ਟਾਲਿਆ ਅਗੇ ਬਚਿਓ ਅੰਗ ਸਾਰੋ। ਕ੍ਰੀਮੂ ਰਸਿਓ ਫੇਰ ਕਹਿ ਵਾਰ ਝਾਰੇ। ਕੀ ਹੋਇਆ ਹੈ ਵੀ ਭਾਈ ਵਿਦੀ ਚੰਦ ਨੇ ਉਹਦੀ ਕ੍ਰਪਾਨ ਦਾ ਜਿਹੜਾ ਵਾਰ ਹੈ ਉਹ ਆਪਣੀ ਢਾਲ ਦੇ ਨਾਲ ਰੋਕਿਆ ਹੈ ਉਹਦੀ ਕਿਰਪਾ ਨਾਲ ਵਜੀ ਢਾਲ ਦੇ ਉੱਤੇ ਤੇ ਭਾਈ ਵਿਧੀ ਚੰਦ ਨੇ ਕੀ ਕੀਤਾ ਘੋੜੇ ਨੂੰ ਥੋੜਾ ਉਛਾਲਿਆ ਹੈ ਭਜਾ ਕੇ ਥੋੜਾ ਜਿਹਾ ਉਛਾਲਿਆ ਜਦੋਂ ਉਹਦੀ ਕਿਰਪਾ ਨੂੰ ਢਾਲ ਦੇ ਨਾਲ ਰੋਕ ਲਿਆ ਹੈ ਵਿਧੀ ਚੰਦ ਨੇ ਤੇਗ ਪੈ ਤੇਗ ਨੀਨੀ ਕਪਿਓ ਲਾਲ ਨੀਨੰ ਕੁਨੰ ਘਾਤ ਚੀਨੀ ਹੁਣ ਹੋਇਆ ਕੀ ਹੈ ਵੀ ਦੋਵੇਂ ਸੂਰਮੇ ਆਪਸ ਦੇ ਵਿੱਚ ਤੇਜ਼ੀ ਨਾਲ ਆ ਰਹੇ ਸਨ ਇੱਕ ਪਾਸੇ ਸੀ کریم ਬਖਸ਼ ਇੱਕ ਪਾਸੇ ਸੀ ਵਿਧੀ ਚੰਦ ਜਦੋਂ ਬਿਦੀਚੰਦ ਕੋਲ ਆਇਆ ਘੋੜੇ ਨੂੰ ਥੋੜਾ ਟਪਾ ਦਿੱਤਾ ਹੈ ਉਹਦੀ ਉਹਦਾ ਜੰਪ ਮਰਵਾ ਦਿੱਤਾ ਜੰਪ ਮਰਵਾਣ ਨਾਲ ਕੀ ਹੋਇਆ ਉਹਦੀ ਕਿਰਪਾਨ ਦਾ ਵਾਰ ਬਿਦੀਚੰਦ ਨੇ ਢਾਲ ਦੇ ਨਾਲ ਰੋਕ ਲਿਆ ਤੇ ਇਧਰੋਂ ਦੂਸਰੇ ਹੱਥ ਵਿੱਚ ਕਿਰਪਾਨ ਸੀ ਕਿਰਪਾਨ ਦੇ ਨਾਲ ਕਰੀ ਬਖਸ਼ ਦੀ ਗਰਦਨ ਤੇ ਵਾਰ ਕੀਤਾਉਂਦੀ ਗਰਦਨ ਵੱਢ ਦਿੱਤੀ ਹੈ ਰੰਗੇ ਤਿਰਪਾਇਓ ਤਬੈ ਦੰਤ ਪੀਸੰ ਪ੍ਰਹਾਰਿਓ ਦਾ ਜੋਰ ਅੰਕਟਿਓ ਸ਼ਸਤਰ ਸੀਸੰ ਵੀ ਦੰਦਾਂ ਨੂੰ ਖਿੱਚ ਕੇ ਘੋੜੇ ਦੇ ਦੰਦਾਂ ਨੂੰ ਖਿੱਚ ਕੇ ਵਾਂਗ ਜਿਹੜੀ ਖਿੱਚ ਕੇ ਸੀ ਘੋੜੇ ਨੂੰ ਉੱਟ ਪਾਇਆ ਸੀ ਜ਼ੋਰ ਕੇ ਵਾਰ ਕੀਤਾ ਸਿਰ ਵੜ ਦਿੱਤਾ ਉਥੇ کریم ਬਖਸ਼ ਮਾਰਿਆ ਗਿਆ کریم ਮੂਂ ਗ੍ਰਿਓ ਭੂਮ ਚੁੰਮਿਓ ਜੁੰਜਾਰਾ ਬਦੀ ਚੰਦ ਗਾਜਾ ਮਨੋ ਸ਼ੇਰ ਭਾਰਾ ਗੁਰੂ ਕਾ ਸਿੱਖ ਭਾਈ ਬਦੀ ਚੰਦ ਇਥੇ ਗੱਜਿਆ ਹੈ ਜਦੋਂ کریم ਬਖਸ਼ ਮਾਰਿਆ ਗਿਆ ਅਟੇਖਾਨ ਪਿੱਛੇ ਜਬ ਹੈ ਮਿਤਰ ਦੇ ਖਾਨ ਨਹੀਂ ਵੀਰਤ ਬਾਦੀ ਸੂਤਰਾ ਸੀਬ ਸੇਖਾ ਹੁਣ ਪੰਜ ਜਰਨੈਲ ਤੇ ਪਹਿਲਾ ਮਾਰੇ ਜਾ ਚੁੱਕੇ ਸਨ ਸ਼ੀਮਾ ਅਬਦੁਲ ਖਾਨ ਦਾ ਪੁੱਤਰ ਮਾਰਿਆ ਗਿਆ ਸਤਮਾ ਜਦੋਂ ਮਰਿਆ کریم ਬਖਸ਼ ਜਿਹੜਾ ਇਹਨਾਂ ਦਾ ਜਰਨੈਲ ਸੈਨਾਪਤੀ ਸੀ ਮੁਗਲਾਂ ਨੇ ਵੇਖਿਆ ਸਪਾਈਆਂ ਨੇ ਵੇਖਿਆ ਵੀ ਅਬਦੁਲ ਖਾਨ ਦਾ ਦੂਸਰਾ ਪੁੱਤਰ ਵੀ ਮਾਰਿਆ ਗਿਆ ਉਹਦੀ ਪੀੜੀ ਗਈ ਆ ਪਈ ਉਹਦੀ ਗਰਦਨਾ ਪਿਆ ਸਰੀਰ ਇੱਕਦਮ ਧੀਰਜ ਟੁੱਟ ਗਿਆ ਇੱਕਦਮ ਹੌਸਲੇ ਜਿਹੜੇ ਸਨ ਪਸਤ ਹੋ ਗਏ ਨੇ ਉਹ ਇੱਕਦਮ ਪਿੱਛੇ ਨੂੰ ਦੌੜੇ ਹਨ ਤਬੇ ਦੋਇ ਖਤਰੀ ਦੁਖੀ ਹੋਏ ਹਾਲੇ ਹਟੇ ਪਾਏ ਪਾਛੇ ਨਹੀਂ ਅਗਰ ਘਾਲੇ ਰਤਨ ਚੰਦ ਤੇ ਕਰਮ ਚੰਦ ਉਹਨਾਂ ਨੇ ਵੇਖਿਆ ਲੋ ਭਾਈ ਇਹ ਵੀ ਮਾਰਿਆ ਗਿਆ ਬੜੇ ਦੁਖੀ ਹੋਏ ਨੇ ਬੜੇ ਪਰੇਸ਼ਾਨ ਹੋਏ ਨੇ ਇੱਕਦਮ ਪਿੱਛੇ ਹਟ ਗਏ ਹਨ ਉਹ ਬੈ ਪੁੱਤਰ ਸੂਬੇ ਨੋ ਮਾਰ ਦਿੱਨੇ ਬਚੈ ਕੋਨ ਆਗੇ ਭੈ ਦੀ ਨਹੀਂ ਨੇ ਵੀ ਪਹਿਲਾਂ ਇੱਕ ਪੁੱਤਰ ਮਾਰ ਦਿੱਤਾ ਸਿੱਖਾਂ ਨੇ ਦੂਸਰਾ ਵੀ ਮਾਰ ਦਿੱਤਾ ਹੁਣ ਕਿਹੜਾ ਬਚਿਆ ਹੋਂਦੀ ਕੁੱਲ ਦੇ ਵਿੱਚੋਂ ਅਬਦਲ ਖਾਨ ਦੀ ਕੁੱਲ ਖਤਮ ਹੋ ਗਈ ਹੈ ਦੁਹਰਾ ਰਨ ਕੇ ਸੰਮੁਖ ਹੋਤ ਨਹਿ ਮਹਾ ਤਰਾਸ ਕੋ ਪਾਏ ਹੁਣ ਇਹ ਜਿਹੜੇ ਦੋ ਖਤਰੀ ਸੰ ਰਤਨ ਚੰਦ ਤੇ ਕਰਮ ਚੰਦ ਇਹ ਸਾਹਮਣੇ ਨਹੀਂ ਹੋ ਰਹੇ ਇਹ ਪਿੱਛੇ ਪਿੱਛੇ ਨੇ ਆਪਣਾ ਬਚਾਅ ਕਰਦੇ ਹਨ ਉਹ ਨਵਾਬ ਤੇ ਡਰਤ ਹੈ ਜਿਸਕੇ ਨੇਕਟ ਨਾ ਜਾਏ ਹੁਣ ਜਦੂ ਹੋਇਆ ਵੀ ਦੂਸਰਾ ਪੁੱਤਰ ਵੀ ਮਾਰਿਆ ਗਿਆ ਇਹਨਾਂ ਦੇ ਅੰਦਰ ਡਰ ਪੈਦਾ ਹੋ ਗਿਆ ਵੀ ਅਸੀਂ ਅਬਦੁਲ ਖਾਨ ਨੂੰ ਜਲੰਧਰ ਤੋਂ ਲੈ ਕੇ ਆਏ ਪੰਜ ਉਹਦੇ ਸੈਨਾਪਤੀ ਮਰਵਾ ਦਿੱਤੇ ਦੋ ਪੁੱਤਰ ਮਰਵਾ ਦਿੱਤੇ ਹਨ ਕਾਫੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਮਰਵਾ ਦਿੱਤੀ ਅਬਦੁਲ ਖਾਨ ਸਾਨੂੰ ਨਹੀਂ ਛੱਡੇਗਾ ਵੀ ਤੁਹਾਡੇ ਕਰਕੇ ਮੈਂ ਸਿੱਖਾਂ ਦੇ ਗੁਰੂ ਦੇ ਨਾਲ ਲੜਨਾ ਆਇਆ ਸਾਂ ਮੇਰਾ ਤੇ ਬੜਾ ਨੁਕਸਾਨ ਹੋ ਗਿਆ ਮੈਂ ਤੇ ਉੱਜੜ ਗਿਆ ਹਾਂ ਹੁਣ ਡਰਦੇ ਬਹੁਤ ਪਏ ਨੇ ਇਹ ਦੋਵੇਂ ਚੰਦੂ ਦਾ ਪੁੱਤਰ ਤੇ ਰਲ ਦਾ ਪੁੱਤਰ ਰਤਨ ਚੰਦ ਕਰਮਚੰਦ ਬਹੁਤ ਡਰਦੇ ਪਏ ਨੇ ਹੁਣ ਕਿਹੜੇ ਮੋਨਾ ਜਾ ਕਰਕੇ ਉਹਨੂੰ ਖਬਰ ਦੇਣ ਵੀ ਤੇਰਾ ਦੂਸਰਾ ਪੁੱਤਰ ਵੀ ਮਾਰਿਆ ਗਿਆ। ਬੁਰੀ ਪਏ ਚਿਤ ਚਿਤ ਬਤੇ ਟਰੇ ਅਪਰਹੀ ਥਾਨ। ਤੇ ਸੋਚਦੇ ਪਏ ਨੇ ਵੀ ਸਾਡੇ ਨਾਲ ਤੇ ਬਹੁਤ ਮਾੜੀ ਹੋਈ ਹੈ। ਅਸੀਂ ਤੇ ਸੋਚਿਆ ਵੀ ਨਹੀਂ ਸੀ ਵੀ ਇਦਾਂ ਵੀ ਹੋ ਜਾਵੇਗਾ। ਚੰਮੂ ਪਲਾਏ ਸ਼ਕਤ ਹੀ ਹੱਥ ਸੂ ਅਬਦੁਲ ਖਾਨ। ਕਰੀਮ ਬਖਸ਼ ਦੇ ਨਾਲ ਜਿਹੜੇ ਸਪਾਈ ਸਨ ਪਿੱਛੇ ਨੂੰ 도ੜੇ ਨੇ ਜਦੋਂ ਮਾਰਿਆ ਗਿਆ। ਉਹ ਅਬਦੁਲ ਖਾਨ ਦੇ ਕੋਲ ਗਏ। ਜਾ ਕਰਕੇ ਉਹਨੂੰ ਖਬਰ ਦੇਣਾ ਕਰਦੇ ਹਨ ਚੋਪਈ ਨਵੀ ਬਖਸ਼ੋ ਪੂਰ ਮਾਰਿਓ ਆਪਣੋ کریم ਬਖਸ਼ਾਨ ਡਾਰਿਓ ਤੇ ਇੱਥੇ ਕੀ ਹੋਇਆ ਹੈ ਵੀ ਪਹਿਲਾ ਨਵੀ ਬਖਸ਼ ਨਵੀ ਬਖਸ਼ ਵੱਡੇ ਪੁੱਤਰ ਦਾ ਨਾਂ ਹੈ ਉਹਨੂੰ ਮਾਰਤਾ ਸੀ ਹੁਣ کریم ਬਖਸ਼ ਮਾਰਿਆ ਗਿਆ ਭਾਗੀ ਤੁਰਕ ਬਾਹਨੀ ਸਾਰੀ ਬਦੀ ਚੰਨ ਤਪ ਪਰਿਓ ਪਿਛਾਰੀ ਹੁਣ ਜਿਹੜੀ ਸਾਰੀ ਫੌਜ ਸੀ ਪਿੱਛੇ ਨੂੰ ਦੌੜ ਪਈ ਹੈ ਜਿੱਦਰ ਅਬਦੁਲ ਖਾਨ ਸੀ ਤੇ ਬਿਲੀ ਚੰਦ ਨੇ ਪਿੱਛੇ ਪਿੱਛਾ ਕੀਤਾ ਹੈ ਬਿਲੀ ਚੰਦ ਤੀਰਾਂ ਦੀ ਵਰਖਾ ਕਰੀ ਜਾ ਰਿਹਾ ਹੈ ਘਟੇ ਖੜਗ ਸੋਹਾ ਹਾਂ ਹਾਂ ਕਰੀ ਹੀ ਕੀਤਕ ਦੂਰ ਤੇ ਗਿਰ ਗਿਰ ਪਰੀ ਹੀ ਹੁਣ ਸਿੱਖ ਸਿਪਾਈ ਖੜਗਾਂ ਦੇ ਨਾਲ ਤਲਵਾਰਾਂ ਦੇ ਨਾਲ ਕੱਟਦੇ ਪਏ ਹਨ ਬੜੇ ਸਿਪਾਈ ਡਿੱਗ ਜਾਂਦੇ ਨੇ ਬੜੇ ਦੌੜਦੇ ਹਨ ਚਮਕੀ ਕਨੀ ਕਿਰਪਾਨੇ ਨੰਗੀ ਠਹਿਰਤ ਹਾਥ ਨਸ਼ਰੋਣ ਤਰੰਗੀ ਕਿਰਪਾਨਾਂ ਜਿਹੜੀਆਂ ਨੰਗੀਆਂ ਚਮਕਦੀਆਂ ਪਈਆਂ ਨੇ ਕਿਰਪਾਨਾਂ ਦੇ ਜਿਹੜੇ ਰੰਗ ਨੇ ਲਾਲ ਹੋਏ ਪਏ ਹਨ ਬਿਦੀ ਚੰਦ ਸੰਗ ਸਿੱਖ ਕਨੇਰੇ ਜਗਨਾ ਮੋਲਕ ਹੈ ਵੱਡ ਪ੍ਰੇਰੇ ਭਾਈ ਬਿਦੀ ਚੰਦ ਨਾਲ ਕਾਫੀ ਸਿੱਖ ਨੇ ਭਾਈ ਜਗਨਾ ਹੈ ਭਾਈ ਮੋਲਕ ਹੈ ਘੋੜਿਆਂ ਤੇ ਸਵਾਰ ਨੇ ਹੋਰ ਜਿਹੜੇ ਬਲੀ ਯੋਧੇ ਨੇ ਉਹ ਨਾਲ ਹਨ ਜਮੇ ਹੱਥ ਕਬਜਿਨ ਕੇ ਸੰਗ ਲਿਪਟਿਓ ਲਹੂ ਲਾਲ ਸਰਬੰਗ ਤੇ ਜਿਹੜੇ ਗੁਰੂ ਕੇ ਸਿੱਖਾਂ ਦੇ ਹੱਥ ਨੇ ਉਹ ਜੰਮੇ ਪਏ ਨੇ ਕਿਰਪਾਨ ਦੇ ਮੁਠਿਆਂ ਦੇ ਨਾਲ ਬਿਲਕੁਲ ਬਿਲਕੁਲ ਜੁੜੇ ਪਏ ਨੇ ਕਬਜੀਆਂ ਦੇ ਨਾਲ ਮੁਠਿਆਂ ਦੇ ਨਾਲ ਗੁਰੂ ਕੇ ਸਿੱਖ ਸਿਰ ਚਲਾ ਜਾਏ ਪਰ ਕਿਰਪਾਨ ਦਾ ਜਿਹੜਾ ਮੁੱਠਾ ਹੈ ਉਹ ਨਹੀਂ ਛੱਡਣਗੇ ਕਵੀ ਦੀ ਕਹਿੰਦੇ ਮੁਠੇ ਵੀ ਲਾਲ ਹੋਏ ਪਏ ਹਨ ਭਾਜੇ ਖਾਨ ਤਰਾਸ ਬੁਤਾਰਾ ਤਬਲ ਮਾਵ ਲਗਪਰੀ ਪੁਕਾਰਾ ਤੇ ਹੁਣ ਜਦੋਂ ਭਜੇ ਜਾ ਰਹੇ ਸਨ ਸਪਾਈ ਪਹੁੰਚ ਕੇ ਜਿੰਨੇ ਕੁ ਬੱਚੇ ਸਨ ਨਵਾਬ ਦੇ ਕੋਲ ਪਹੁੰਚੇ ਪੁਕਾਰ ਕੀਤੀ ਹੈ ਦੁਹਾਈ ਪਾਈ ਹੈ ਕਹਾਂ ਦੇਖਤ ਹੋ ਥਰੇਤਮਾ ਸਾ ਪੁੱਤਰ ਦੂਸਰੋ ਪਿਓ ਬਿਨਾ ਸਾ ਤੇ ਜਾ ਕਰਕੇ ਸਪਾਈਆਂ ਨੇ ਕਹਿਣਾ ਕੀਤਾ ਨਵਾਬ ਸਾਹਿਬ ਕੀ ਵੇਖਦੇ ਪਏ ਹੋ ਤੁਹਾਡਾ ਦੂਸਰਾ ਪੁੱਤਰ ਵੀ ਮਾਰਿਆ ਗਿਆ ਹੈ ਅੱਗੇ ਵੱਧ ਏ ਕੋ ਲਰ ਮਰਿਓ ਸਕਲ ਭਜਾਏ ਕੋਈ ਨਾ ਅਰਿਓ ਉਹ ਅੱਗੇ ਵਧਿਆ ਅੱਗੇ ਵੱਧ ਕੇ ਲੜਿਆ ਹੈ ਤੇ ਮਰ ਗਿਆ ਹੈ ਸਕਲ ਭਜਾਏ ਕੋਈ ਨਾ ਅਰਿਓ ਉਨੇ ਸਿੱਖ ਫੌਜੀ ਬੜੇ ਮਾਰੇ ਨੇ ਸਿੱਖਾਂ ਦਾ ਵੀ ਬੜਾ ਨੁਕਸਾਨ ਕੀਤਾ ਇੱਕ ਗੁਰਕੈ ਦਲ ਤੇ ਪਟਿਆयो ਦੋਹਨ ਖੜਕੋ ਜੰਗ ਮਚਾਇਓ ਉਹ ਸਿੱਖਾਂ ਨੂੰ ਅੱਗੇ ਵੱਧ ਕੇ ਮਾਰਦਾ ਪਿਆ ਸੀ ਇੱਕ ਸਿੱਖਾਂ ਦੇ ਦਲ ਵੱਲੋਂ ਉਹਨਾਂ ਦਾ ਸੂਰਮਾ ਆਇਆ ਬਿਦੀ ਚੰਦ ਆਇਆ ਤੇ ਉਹਨੇ ਫਿਰ ਖੜਕ ਦੇ ਨਾਲ ਵਾਰ ਕੀਤਾ ਹੈ ਤੇ ਉਹਦੀ ਮੌਤ ਹੋਈ ਹੈ ਇਸਨੇ ਸੀਸ ਕਾਟ ਕਰ ਗੇਰਾ ਲਸ਼ਕਰ ਬਿਕ ਭਾਜਿਓ ਤਬ ਤੇਰਾ ਇਸਨੇ ਸੀਸ ਕਾਟ ਕਰ ਗੇਰਾ ਉਹ ਜਿਹੜਾ ਸਿੱਖ ਆਇਆ ਉਨੇ ਸਿਰ ਉਤੇ ਵਾਰ ਕੀਤਾ ਸਿਰ ਲਾ ਦਿੱਤਾ ਹੈ ਇਸ ਕਰਕੇ ਜਿਹੜੀ ਫੌਜ ਸੀ ਉਹਦੇ ਸਿਰ ਨੂੰ ਵੇਖ ਕਰਕੇ ਵਾਪਸ ਦੌੜ ਪਈ ਹੈ ਸੁਨਤ ਨਵਾਬ ਸ਼ੋਕ ਘਰ ਪਾਰੀ ਬਹਿ ਬਲੋਚਨ ਤੇ ਬਹੁ ਬਾਰੀ ਹੁਣ ਜਦੋਂ ਇਹ ਗੱਲ ਸੁਣੀ ਕੁਝ ਪਲਾਂ ਕੁਝ ਪਲ ਪਹਿਲਾਂ ਉਹਨੇ ਖਬਰ ਸੁਣੀ ਸੀ ਵੀ ਤੇਰਾ ਵੱਡਾ ਪੁੱਤਰ ਮਾਰਿਆ ਗਿਆ ਕੁਝ ਪਲ ਬਾਅਦ ਹੁਣ ਖਬਰ ਸੁਣੀ ਤੇਰਾ ਛੋਟਾ ਪੁੱਤਰ ਵੀ ਮਰ ਗਿਆ ਹੈ ਅੱਖਾਂ ਦੇ ਵਿੱਚ ਹੰਝੂ ਵਹਿ ਤੁਰੇ ਨੇ ਇਹਨੇ ਰੋਕਿਆ ਸੀ ਆਪਣੇ ਪੁੱਤਰ ਨੂੰ ਵੀ ਜਿੱਦਰ ਸਿੱਖਾਂ ਦਾ ਗੁਰੂ ਉਧਰ ਨਾ ਜਾ ਫੌਜ ਅੱਗੇ ਕਰ ਪਰ ਹੰਕਾਰਿਆ ਸੀ ਬੜਾ ਹੰਕਾਰ ਸੀ ਮੈਂ ਵੇਖਦਾ ਹਾਂ ਮੈਂ ਲੜਦਾ ਹਾਂ ਮੈਂ ਇਹ ਕਰਦਾ ਹਾਂ ਅੱਗੇ ਹੋ ਕਰਕੇ ਲੜਿਆ ਮਾਰਿਆ ਗਿਆ ਹੈ ਇਹਨੇ ਫਿਰ ਰੋਣਾ ਕੁਰਲਾਣਾ ਕੀਤਾ ਹੈ ਉਹਰਾ ਪੁੱਤਰ ਮਰੇ ਤੇ ਸ਼ੋਕ ਪਾ ਰੁੱਤਨ ਮਾ ਮਿਸਾਲ ਦੋਵੇਂ ਪੁੱਤਰਾਂ ਦੇ ਮਰਨ ਦੇ ਉੱਤੇ ਇੰਨੇ ਬੜਾ ਸ਼ੋਕ ਕੀਤਾ ਹੈ ਬੜਾ ਦੁੱਖ ਮਨਾਇਆ ਰੋਣਾ ਕੁਰਲਾਣਾ ਕੀਤਾ ਤੇ ਛਿਨ ਕੋ ਪਛਤਾਵਤ ਜਦ ਚੜ ਆਏ ਉਤਾਲ ਤੇ ਉਹ ਪਛਤਾਉਂਦਾ ਪਿਆ ਹੈ ਵੀ ਮੈਂ ਇੱਥੇ ਕਿਉਂ ਆਇਆ ਵਾਂ ਪਛਤਾਵਾ ਕਰਦਾ ਪਿਆ ਹੈ ਵੀ ਮੈਂ ਕਿੱਥੋਂ ਆਇਆ ਹਾਂ ਚੋਪਈ ਇਹ ਮ ਦੇਖੋ ਜਦ ਅਬਦੁਲ ਖਾਨ ਲੋਕ ਲੜਨ ਤੇ ਹਟੇ ਮਹਾਨ ਅਬਦੁਲ ਖਾਨ ਨੇ ਕੀ ਵੇਖਿਆ ਆਪਣੇ ਸਪਾਹੀਆਂ ਨੂੰ ਵੇਖਿਆ ਜਿਹੜੇ ਰਹਿ ਗਏ ਸਨ ਵੀ ਇਹ ਤੇ ਹੁਣ ਲੜਨ ਵਾਸਤੇ ਤਿਆਰ ਨਹੀਂ ਪਿੱਛੇ ਦੌੜੇ ਹਨ ਆਪ ਆਪ ਕੋ ਥਰੇ ਪਛੇਰੇ ਕੋ ਕੋ ਚਲਹ ਤੁਪ ਗਤੀ ਸਬੇਰੇ ਕੋਈ ਕੋਈ ਜਿਹੜਾ ਹੈ ਉਹ ਮੇਰੇ ਪਿੱਛੇ ਖੜੋਤਾ ਹੈ ਕੋਈ ਕੋਈ ਇਹਨਾਂ ਦੇ ਵਿੱਚ ਗੋਲੀ ਖਾਣ ਵਾਸਤੇ ਚਲਾਨ ਵਾਸਤੇ ਤਿਆਰ ਹੈ ਜੰਗ ਯਾਰ ਸਮਾਨ ਲੋਕਾ ਪੇਖ ਨਾ ਮਾਪ ਕੋ ਸਭ ਕੋ ਸ਼ੋਕਾ ਜੰਗ ਨੇ ਮੈਨੂੰ ਉਜਾੜ ਦਿੱਤਾ ਹੈ ਇਹ ਇਹਨੇ ਵੇਖਿਆ ਵੀ ਬੜੀ ਫੌਜ ਮਰਵਾਲੀ ਨੁਕਸਾਨ ਕਰਾ ਲਿਆ ਹੈ ਸਾਰਾ ਕੁਝ ਵੇਖ ਕਰਕੇ ਨੂੰ ਬਹੁਤ ਦੁੱਖ ਹੋਇਆ ਹੈ ਦੋਨੋਂ ਖਤਰੀ ਟਿਕ ਚਲੇ ਆਏ ਜਿਨ ਲਰਨ ਕੋ ਸਰਬ ਚੜਾਏ ਹੁਣ ਜਦੋਂ ਪੁੱਤਰ ਦੀ ਖਬਰ ਮਿਲ ਗਈ ਸੀ ਜਿਹੜੇ ਰਤਨ ਚੰਦ ਲ ਚੰਦ ਹੁਣ ਲਾਗੇ ਆ ਗਏ ਨੇ ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਰੋਕੁਰ ਲਾ ਲਿਆ ਹੈ ਘੋੜਿਆਂ ਤੇ ਚੜੇ ਹੋਏ ਸਨ ਕਰੇ ਤਰਾਸ਼ ਥਿਰ ਦੂਰ ਰਹੇ ਹਨ ਮਰੇ ਬੋਤ ਲਗ ਜਿਤ ਲਹ ਹਨ ਪਰ ਉਹ ਦੂਰ ਹੀ ਖੜੇ ਨੇ ਲਾਗੇ ਨਹੀਂ ਹੋ ਰਹੇ ਹੁੰਦੇ ਉਹਨਾਂ ਨੂੰ ਪਤਾ ਵੀ ਵੀ ਸਾਡੇ ਕਰਕੇ ਨੁਕਸਾਨ ਬਹੁਤ ਹੋਇਆ ਹੈ ਕਿਤਕ ਬਾਲੋ ਰੁੱਥ ਰਹਿਓ ਹੈ ਬਹੁਤ ਨਵਾਬ ਵਿਚਾਰ ਕਰਿਓ ਹੈ ਇੱਥੇ ਫਿਰ ਜਿਹੜਾ ਨਵਾਬ ਅਬਦੁਲ ਖਾਨ ਸੀ ਕਾਫੀ ਰੋਇਆ ਹੈ ਕੁਰਲਾਇਆ ਹੈ ਫਿਰ ਇਹਨੇ ਵਿਚਾਰ ਕੀਤੀ ਹੈ ਸਭਲੇ ਸ਼ਿਰਕੋ ਉਦਾਰ ਬਿ ਤਹਿ ਬਾਤ ਕਰੂ ਤੇ ਹਾਰਾ ਹੁਣ ਇਹ ਕਹਿਣ ਲੱਗਾ ਮੈਂ ਆਪਣੀ ਫੌਜ ਦਾ ਆਸਰਾ ਹਾਂ ਇਹ ਗੱਲ ਹੁਣ ਪ੍ਰਤੱਖ ਹੋ ਚੁੱਕੀ ਹੈ ਵੀ ਗੁਰੂ ਨੇ ਮੇਰੇ ਪੰਜ ਜਰਨੈਲ ਦੋ ਪੁੱਤਰ ਮਾਰ ਦਿੱਤੇ ਨੇ ਇਹ ਗੱਲ ਪ੍ਰਤੱਖ ਹੀ ਵੀ ਮੈਂ ਗੁਰੂ ਤੋਂ ਹਾਰ ਗਿਆ ਹਾਂ ਹੁਣ ਵੇਖਦਾ ਪਿਆ ਮੇਰੀ ਫੌਜ 도ੜ ਗਈ ਹੈ ਟੱਕਰ ਕਰਨ ਵਾਸਤੇ ਤਿਆਰ ਨਹੀਂ ਕਾਫੀ ਮੇਰਾ ਨੁਕਸਾਨ ਹੋ ਚੁੱਕਾ ਹੈ ਇਹ ਗੱਲ ਪ੍ਰਤੱਖ ਹੋ ਚੁਕੀ ਵੀ ਮੈਂ ਹਾਰ ਚੁੱਕਾ ਹਾਂ ਸ਼ਾਹਜਹਾਂ ਸੁਨਦੇਹ ਨਿਕਾਰਾ ਕਹਾਂ ਕਹੋ ਮੈਂ ਖਾਏ ਆਹਾਰਾ ਕਿਨ ਕਜੇ ਵਾਪਸ ਗਿਆ ਸ਼ਾਹਜਹਾਂ ਨੂੰ ਖਬਰ ਦਿੱਤੀ ਉਹਨੇ ਤੇ ਮੈਨੂੰ ਕੱਢ ਦੇਣਾ ਹੈ ਫੌਜ ਤੂੰ ਕੱਢ ਦੇਗਾ ਨੌਕਰੀ ਤੂੰ ਕੱਢ ਦੇਗਾ ਵਜ਼ੀਰੀ ਖੋਲੇਗਾ ਜ਼ਗੀਰੀ ਖੋਲੇਗਾ ਵੀ ਤੂੰ ਤੇ ਨੁਕਸਾਨ ਹੀ ਬੜਾ ਕਰਵਾ ਦਿੱਤਾ 15 ਹਜ਼ਾਰ ਫੌਜੀ ਲੈ ਕੇ ਗਿਆ ਬਹੁਤ ਜ਼ਿਆਦਾ ਫੌਜੀ ਮਰਵਾ ਦਿੱਤਾ ਹੈ ਮੈਂ ਰੋਟੀ ਕਿੱਥੋਂ ਖਾਵਾਂਗਾ ਜਿਵੇਂ ਵਾਪਸ ਜਾਣਾ ਹਾਂ ਮੇਰੀ ਤਾਂ ਵੀ ਮੌਤ ਹੈ ਪੁੱਤਰ ਗੇ ਮਰ ਬੀਰ ਵਿਸਾਲੇ ਤਿਕ ਜੀਵਨ ਮੇਰੋ ਇਸ ਕਾਲੇ ਮੇਰੇ ਪੁੱਤਰ ਮਰ ਗਏ ਨੇ ਮੇਰਾ ਜਿਹੜਾ ਹੈ ਜਿਉਣਾ ਤ੍ਰਿਕਾਰ ਯੋਗ ਹੈ ਹਰ ਗੋਬਿੰਦ ਕੋ ਗਿਹਾ ਕੀ ਮਾਰੋ ਤੋ ਜੀਵਨ ਕੋ ਨੀਕ ਨਿਹਾਰੋ ਹਾਂ ਮੇਰੇ ਵਾਸਤੇ ਇੱਕ ਜ਼ਿੰਦਗੀ ਦਾ ਦਰਵਾਜ਼ਾ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਲਵਾਂ ਜੇ ਮੈਂ ਗੁਰੂ ਨੂੰ ਖਤਮ ਕਰ ਦਿੱਤਾ ਫਿਰ ਮੈਨੂੰ ਜ਼ਿੰਦਗੀ ਬਚਦੀ ਨਜ਼ਰ ਆਉਂਦੀ ਹੈ ਫਿਰ ਮੈਂ ਕਹਿ ਸਕਦਾ ਹਾਂ ਹਾਂ ਮੇਰੀ ਕੁਝ ਪ੍ਰਾਪਤੀ ਹੋਈ ਹੈ ਨਤਜੇ ਪੁੱਤਰ ਗਏ ਮਰਿਆਗੇ ਜਾਵਾਂ ਆ ਮੈਂ ਤਿੰਨ ਸੰਗ ਲਾਗੇ ਤੇ ਕਹਿੰਨ ਕਿ ਜੇ ਗੁਰੂ ਨੂੰ ਨਾ ਮਾਰ ਸਕਿਆ ਫਿਰ ਜਿੱਦਾਂ ਮੇਰੇ ਪੁੱਤਰ ਮਰੇ ਨੇ ਇਦਾਂ ਹੀ ਫਿਰ ਮੈਂ ਮਾਰਿਆ ਜਾਵਾਂਗਾ ਲਰ ਬੇ ਹਟੋ ਨਹੀਂ ਮੁਝ ਨੀਕੀ ਬਾਦਸ਼ਾਹ ਦਿਸਤੇ ਹੋਏ ਫੀਕੀ ਵੀ ਪਿੱਛੇ ਹਟਣਾ ਇਹ ਗੱਲ ਚੰਗੀ ਨਹੀਂ ਲੱਗਦੀ ਪਿੱਛੇ ਹਟਾਂਗਾ ਬੜੀ ਬੇਇੱਜ਼ਤੀ ਹੈ ਤੇ ਬਾਦਸ਼ਾਹ ਦੇ ਵੱਲੋਂ ਵੀ ਕੰਮ ਫਿਕਰ ਪੈਣਾ ਉਹਨੇ ਵੀ ਕੋਈ ਨਾ ਕੋਈ ਸਜ਼ਾ ਦੇ ਦੇਣੀ ਹੈ। ਜਗ ਮੈਂ ਨਿੰਦਾ ਵਿਥਰੇ ਮੇਰੀ ਅਸਜੇ ਤੇ ਆਸ਼ੀ ਮਿੱਤਰ 헤ਰੀ। ਮੇਰੀ ਬੇਇੱਜ਼ਤੀ ਬੜੀ ਹੋਏਗੀ ਨਿੰਦਿਆ ਬਹੁਤ ਹੋਏਗੀ ਜੇ ਮੈਂ ਪਿੱਛੇ ਗਿਆ ਹੈ। ਇਸ ਤੋਂ ਚੰਗਾ ਤੇ ਮੌਤ ਹੀ ਏ ਪਲ-ਪਲ ਮਰਨ ਤੋਂ ਚੰਗਾ ਵੀ ਬੰਦਾ ਇੱਕੋ ਵਰੀ ਮਰ ਜਾਵੇ। ਹਿਮਚਿਤਵਤ ਪੋਛੋ ਦ੍ਰਿਗਵਾਰੀ ਅਬਲੋਕਤ ਭਾਜਾਂ ਗੁਜਾਰੀ। ਤੇ ਕਵੀ ਜੀ ਲਿਖਦੇ ਹਨ ਵੀ ਇੰਦਾਂ ਬੋਲਦਿਆਂ ਬੋਲਦਿਆਂ ਇਹਨੇ ਆਪਣੀਆਂ ਅੱਖਾਂ ਨੂੰ ਪੁੰਝਿਆ ਹੈ ਤੇ ਜਦੋਂ ਅੱਖਾਂ ਨੂੰ ਪੁੰਝੀਆਂ ਅੱਖਾਂ ਨੂੰ ਪੁੰਝਿਆ ਹੈ ਇਹਨੇ ਫਿਰ ਮੈਦਾਨੀ ਜੰਗ ਦੇ ਵੱਲ ਦੇਖਿਆ ਕਟਕਾਇਕ ਰਹੋ ਦਿਨਾਈ ਬਿਨਲ ਰਹੇ ਜੇ ਨਿਸਪਰ ਜਾਈ ਸ਼ਾਮਾਂ ਪੈ ਚੁਕੀਆਂ ਨੇ ਸੂਰਜ ਢਲਦਾ ਪਿਆ ਹੈ ਇਹਨੇ ਵੇਖਿਆ ਵੀ ਇੱਕ ਘੜੀ ਦਾ ਸਮਾਂ ਰਹਿ ਗਿਆ ਤੇ ਜੇ ਰਾਤ ਪੈਣ ਵਾਲੀ ਰਾਤ ਨੂੰ ਜੰਗ ਦੀ ਸਮਾਪਤੀ ਕਰਨੀ ਪੈਣੀ ਹੈ ਤੇ ਦੇ ਰਾਤ ਪੈਣ ਤੂੰ ਪਹਿਲਾਂ ਹੀ ਵਾਪਸ ਪਿੱਛੇ ਚਲੇ ਗਏ ਬਹੁਰ ਕਿਆ ਜਾਣੇ ਕਿਆ ਹੋਏ ਲਰਬੇ ਸਮਾਨਾ ਪ੍ਰਾਪਤ ਕੋਏ ਫਿਰ ਪਤਾ ਨਹੀਂ ਕੀ ਹੋਏਗਾ ਲੜਨ ਦਾ ਸਮਾਂ ਮਿਲੇਗਾ ਕਿ ਨਹੀਂ ਮਿਲੇਗਾ ਰਾਤ ਪੈ ਗਈ ਕੀ ਪਤਾ ਕੀ ਹੋਵੇ ਸ਼ੈਨਾਪਤ ਜੁਤ ਸੁਤ ਮਰਗੇ ਮਮ ਆਗੇ pranan ko de ਮੇਰੇ ਸੈਨਾਪਤੀ ਵੀ ਮਾਰੇ ਗਏ ਮੇਰੇ ਪੁੱਤਰ ਵੀ ਮਾਰੇ ਗਏ ਹਨ ਮੇਰੇ ਪਿਆਰੇ ਜਿਹੜੇ ਪੁੱਤਰ ਮੇਰੇ ਅੱਖਾਂ ਦੇ ਸਾਹਮਣੇ ਮਰੇ ਹਨ ਤਨਕੇ ਬਿਲਾਲਰਨ ਤੇ ਸੈਨਾ ਹਟਕਰ ਤਰੀ ਅਗਰ ਕੋ ਹੈ ਨਾ ਹੁਣ ਵੇਖਦਾ ਵੀ ਸੈਨਾ ਖੜੀ ਫੌਜ ਖੜੀ ਜਿੰਨੀ ਕੁ ਬਚੀ ਹੈ ਸੈਨਾਪਤੀ ਤੂੰ ਬਿਨਾ ਸੈਨਾ ਕਿੱਦਾਂ ਲੜੇ ਜੇ ਸੈਨਾਪਤੀ ਹੀ ਨਹੀਂ ਕੋਈ ਲੀਡ ਕਰਨ ਵਾਲਾ ਹੀ ਨਹੀਂ ਕੋਈ ਅਗਵਾਈ ਕਰਨ ਵਾਲਾ ਹੀ ਨਹੀਂ ਕੋਈ ਕਮਾਂਡ ਦੇਣ ਵਾਲਾ ਹੀ ਨਹੀਂ ਇਕ ਕਿਦਾਂ ਲੜਨਗੇ ਇਕ ਕਿਦਾਂ ਡਟਨਗੇ ਇੱਕ ਮੈਂ ਰਿਹਾ ਮਰੋ ਕਹਿ ਮਾਰੋ ਦੁਬੈ ਬਿਨ ਜੀਵਨ ਨਹੀਂ ਵਿਚਾਰ ਹੁਣ ਕਿੰਨ ਕਾ ਇੱਕ ਮੈਂ ਹੀ ਰਹਿ ਗਿਆ ਜਾਂ ਤੇ ਮਰਾਂਗਾ ਤੇ ਜਾਂ ਇਹਨਾਂ ਨੂੰ ਮਾਰਾਂਗਾ ਹੋਰ ਜ਼ਿੰਦਗੀ ਦਾ ਕੋਈ ਵੀ ਤੌਰ ਤਰੀਕਾ ਨਜ਼ਰ ਨਹੀਂ ਆ ਰਿਹਾ ਹੈ ਦੋਨੋਂ ਖਤਰੀ ਜੀਵਤ ਜਾਣੇ ਰਿਸਕੇ ਨਿਕਟ ਕਾਰ ਠਾਣੇ ਹੁਣ ਇਹ ਗੱਲਾਂ ਕਰਦਾ ਪਿਆਸੀ ਦੀ ਨਿਗਾਹ ਪੈ ਗਈ ਉਹਨਾਂ ਦੋਨਾਂ ਖਤਰੀਆਂ ਦੇ ਉੱਤੇ ਰਤਨ ਚੰਦ ਤੇ ਹੀਰੜ ਚੰਦ ਉੱਤੇ ਗੁੱਸੇ ਦੇ ਨਾਲ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਹੈ ਸਦਾ ਹੈ ਸਤ ਮਰੇ ਤਾਈ ਨਹੀਂ ਗਏ ਨਹੀਂ ਪਏ ਗੁਰ ਸੰਮੁਖ ਜਾਈ ਤੇ ਗੁੱਸੇ ਨਾਲ ਸੱਦ ਕੇ ਉਹਨਾਂ ਨੂੰ ਕਹਿੰਦਾ ਵੀ ਤੁਹਾਡੇ ਉੱਤੇ 100 ਵਰੀ ਲਾਣ ਤੇ ਵੀ ਤੁਸੀਂ ਗੁਰੂ ਦੇ ਸੰਮੁਖ ਹੋ ਕੇ ਲੜੇ ਨਹੀਂ ਤੁਹਾਡੇ ਉੱਤੇ 100 ਵਰੀ ਫਿਟਕਾਰ ਹੈ ਅਤੇ ਪੰਜ ਸੂਰੇ ਸਰਦਾਰ ਦੋਏ ਪੁੱਤਰ ਰਾਲੀ ਨੇ ਮਾਰ ਪੰਜ ਮੇਰੇ ਸੈਨਾਪਤੀ ਮਾਰੇ ਗਏ ਦੋ ਮੇਰੇ ਜਿਹੜੇ ਪੁੱਤਰ ਮਾਰੇ ਗਏ ਹਨ ਪਰ ਤੁਸੀਂ ਅੱਗੇ ਜਾ ਕੇ ਮੂੰਹ ਨਹੀਂ ਵਿਖਾਇਆ ਤੁਸੀਂ ਪਿੱਛੇ ਹੀ ਪਿੱਛੇ ਰਹੇ ਤੁਮ ਗੀਦੀ ਤੁਤ ਹੋਏ ਜਾਤੇ ਨਹੀਂ ਸ਼ਸਤਰ ਮਾਰਤ ਅਰ ਖਾਤੇ ਕਿਨ ਲਗਾ ਵੀ ਤੁਸੀਂ ਗਿੱਦੜ ਹੋ ਨਾ ਤੇ ਤੁਸੀਂ ਸ਼ਸਤਰ ਨੂੰ ਖਾਦਾ ਹੈ ਤੇ ਨਾ ਹੀ ਕਿਸੇ ਨੂੰ ਮਾਰਿਆ ਹੈ ਨਾ ਕੋਈ ਤਲਵਾਰ ਦਾ ਫਟ ਖਾਦਾ ਤੇ ਨਾ ਹੀ ਕਿਸੇ ਉੱਤੇ ਤਲਵਾਰ ਨਾਲ ਵਾਰ ਕੀਤਾ ਬੀਚ ਕਚੈਰੀ ਬਾਤ ਬਨਾਹ ਰਾਰ ਸ਼ੇਰ ਕਰ ਬੀਰ ਨਾਬਹ ਤੁਸੀਂ ਮੇਰੀ ਕਚੈਰੀ ਵਿੱਚ ਆਏ ਸੀ ਵਿਵਾਦ ਤੁਸੀਂ ਛੇੜਿਆ ਝਗੜਾ ਤੁਸੀਂ ਛੇੜਿਆ ਕੰਨ ਮੇਰੇ ਭਰੇ ਤੁਹਾਡੇ ਕਰਕੇ ਇੰਨੇ ਸਿਪਾਈ ਮਾਰੇ ਗਏ ਹਨ ਆਪ ਮੇਰੇ ਸੰਗ ਗਾਰੀ ਚੱਲੋ ਜਿਉਂ ਬੋਲ ਤਿਉ ਸ਼ਸਤਰ ਸੰਭਾਲੋ ਕੰਨ ਕਬੀ ਹੁਣ ਮੇਰੇ ਅੱਗੇ ਮੇਰੇ ਨਾਲ ਅੱਗੇ ਤੁਰੋ ਜਿੱਦਾਂ ਮੈਂ ਤੁਹਾਨੂੰ ਕਹਿਨਾ ਹਾਂ ਹੱਥ ਵਿੱਚ ਉਸੇ ਤਰ੍ਹਾਂ ਹਥਿਆਰ ਪੜੋ ਨਹਿ ਕੂਰ ਨਹਿ ਬੋਲੇ ਬਿਨ ਨਹੀਂ ਨਵਾਬ ਦਿਸ਼ਾ ਕਰਨੈਨ ਹੁਣ ਝੂਠੇ ਸਨ ਤੇ ਨਵਾਬ ਦੇ ਨਾਲ ਅੱਖਾਂ ਦੇ ਨਾਲ ਅੱਖਾਂ ਨਾ ਮਿਲਾ ਸਕੀ ਨੈਣ ਨਾ ਕਰ ਸਕੀ ਇਹਨਾਂ ਨੂੰ ਪਤਾ ਸੀ ਵੀ ਕਸੂਰ ਸਾਡਾ ਹੈ ਸਾਡੇ ਕਰਕੇ ਬੜਾ ਨੁਕਸਾਨ ਹੋ ਗਿਆ ਸੀ ਵੇਖਿਆ ਸੀ ਵੀ ਸਿੱਖ ਥੋੜੇ ਜੇ ਨੇ ਸਿੱਖਾਂ ਨੂੰ ਕਿੱਥੇ ਸ਼ਸਤਰ ਵਿਦਿਆ ਆਂਦੀ ਪਰ ਇੱਥੇ ਤੇ ਸਿੱਖਾਂ ਨੇ ਕਮਾਲ ਕੀਤੀ ਹੈ ਅਬਦੁਲ ਖਾਨ ਤ ਹੁਕਮ ਬਖਾਨਾ ਬਜੇ ਦਮਾ ਮੇ ਨਾਦ ਮਹਾਨ ਹੁਣ ਇਹਨੇ ਸੋਚਿਆ ਵੀ ਬਸ ਹੁਣ ਇੱਕ ਹੀ ਇੱਕ ਹੀ ਜ਼ਿੰਦਗੀ ਦਾ ਜਿਹੜਾ ਕਹਿ ਸਕਦੇ ਹਾਂ ਦਰਵਾਜ਼ਾ ਖੁੱਲਾ ਹੈ ਉਹ ਹੈ ਲੜਾਈ ਇਨੇ ਹੁਕਮ ਕੀਤਾ ਵੀ ਦਮਾਮੇ ਜਿਹੜੇ ਨਗਾਰੇ ਵਜਾ ਦਵੋ ਅੱਗੇ ਪਏ ਪਟਾਕਾ ਵਾਰੇ ਹੁੰਡੇ ਵੀਰ ਕਰੋਧ ਕਰ ਭਾਰੇ ਹੁਣ ਅੱਗੇ ਸਿਪਾਈ ਤੁਰ ਪਏ ਨੇ ਜਿਨ੍ਹਾਂ ਦੇ ਹੱਥ ਵਿੱਚ ਝੰਡੇ ਸਨ ਚਲਿਓ ਨਵਾਬ ਆਪਕ ਤਰ ਕਰੋਦਾ ਰੀਨੇ ਸ਼ਕਲ ਸਕੇਲ ਸੁਜੋਦਾ ਕਾਫੀ ਇਨੇ ਯੋਧੇ ਲੈਨੇ ਗੁੱਸੇ ਨਾਲ ਜਾ ਰਿਹਾ ਹੈ ਜੈ ਰਣਖੇਤ ਗੁਰੂ ਪਟ ઠાਡੇ ਰੋਪੇ ਪਾਇ ਸ਼ਸਤਰ ਗਹਿ ਗਾਡੇ ਉਸ ਦਿਸ਼ਾ ਦੇ ਵੱਲ ਜਾ ਰਿਹਾ ਜਿੱਧਰ ਗੁਰੂ ਕੇ ਸਿੱਖ ਸਨ ਸ਼ਸਤਰ ਵਸਤਰ ਸਜਾ ਕੇ ਖੜੇ ਸਨ ਮਰੇ ਤੁਰ ਲੱਗੇ ਅੰਬਾਰ ਹੈ ਪਰ ਹੈ ਮਰ ਗਿਰੇ ਉਦਾਰਾ ਤੁਰਕਾਂ ਦੇ ਅੰਬਾਰ ਲੱਗੇ ਨੇ ਢੇਰ ਲੱਗੇ ਨੇ ਲੋਥਾਂ ਤੇ ਲੋਥਾਂ ਪਈਆਂ ਹਨ ਸ਼ਵਾਨ ਸ਼ਿੰਗਾਲ ਮਾਸ ਕੋ ਖਾਤੇ ਭੂਤ ਪ੍ਰੇਤ ਡਾਰਕ ਡਰ ਕਾਤੇ ਮੈਦਾਨੀ ਜੰਗ ਦੇ ਵਿੱਚ ਕੁੱਤੇ ਘੁੰਮਦੇ ਪਏ ਨੇ ਗਿੱਦੜ ਘੁੰਮਦੇ ਪਏ ਹਨ ਜੋ ਮਾਸ ਨੋਚ ਕੇ ਖਾ ਰਹੇ ਹਨ ਭਯੁਰਦ ਫਰੀ ਬੇਕੋ ਸਮ ਰਣ ਅਨੇਕ ਸੰਗ ਪੈ ਕਰਨਮ ਸ਼ਾਮ ਦਾ ਜਿਹੜਾ ਸਮਾ ਹੋ ਚੁੱਕਾ ਹੈ ਰਾਣਮ ਚਿੱਤਰ ਕੋ ਹਰਖੋ ਹੀਰਤ ਗ੍ਰਿਜ ਪਿਸ਼ਾਕ ਕਾਨ ਗਨਖੀਰਤ ਇੱਥੇ ਫਿਰ ਜਦੋਂ ਸ਼ਾਮ ਦਾ ਸਮਾਂ ਗਿੱਦੜ ਨੇ ਕਾ ਨੇ ਤੇ ਕਵੀ ਜੀ ਲਿਖਦੇ ਪਏ ਹਨ ਕਿ ਇਹ ਖੁਸ਼ ਹੋ ਰਹੇ ਨੇ ਜਦੋਂ ਇਹ ਵੇਖਦੇ ਨੇ ਵੀ ਸਾਡੀ ਖੁਰਾਕ ਬਹੁਤ ਤੇ ਸਾਡਾ ਭੋਜਨ ਬਹੁਤ ਹੈ ਬਹ ਰਣਕੀਨ ਲਥੇਰ ਪਥੇਰਾ ਬਿਦੀ ਚੰਦ ਸਿੱਖ ਵੀਰ ਬਡੇਰਾ ਭਾਈ ਬਿਦੀ ਚੰਦ ਗੁਰੂ ਕਾ ਸਿੱਖ ਮਹਾਨ ਸੂਰਮਾ ਸੀ ਕਾਫੇ ਇਨੇ ਮੈਦਾਨੀ ਜੰਗ ਦੇ ਵਿੱਚ ਲੋਥਾਂ ਵਛਾਈਆਂ ਹਨ ਪਿਖ ਤੁਰਕਨ ਕਉ ਗੁਰ ਡਿੱਗ ਗयो सगरो ਭੇਤ ਸੁਨਾਪਤ ਭਇਓ ਜਦੋਂ ਹੁਣ ਆਖਰੀ ਹੱਲਾ ਕਰਨ ਵਾਸਤੇ ਮੁਗਲ ਚੜ੍ਹ ਕੇ ਆਏ ਨੇ ਭਾਈ ਬਿਦੀ ਚੰਦ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਗਿਆ ਸਾਰਾ ਭੇਤ ਸੁਣਾਇਆ ਮਹਾਰਾਜ ਹੀਰੋ ਰਿਪਿਆਏ ਰਹੇ ਤਿਕ ਪੈ ਮਿੱਤਰ ਸਮੁਦਾਇ ਮਹਾਰਾਜ ਉਹ ਸਾਹਮਣੇ ਵੇਖੋ ਮੁਗਲ ਦੁਬਾਰਾ ਚੜ ਕੇ ਆ ਗਏ ਥੋੜੇ ਜਿਹੇ ਰਹਿ ਗਏ ਹਨ ਅਬਕੇ ਮਚੇ ਜੰਗ ਬੜ ਭਾਰੀ ਜੈਤ ਬਾਣੀ ਉਮੜੀ ਸਾਰੀ ਕਿਉਂਕਿ ਹੁਣ ਸਾਰੇ ਆ ਗਏ ਨੇ ਕਿਉਂਕਿ ਬਹੁਤੇ ਇਨਾਂ ਵਿੱਚ 도ੜ ਵੀ ਗਏ ਸਨ ਮੁਗਲਾਂ ਦੇ ਵਿੱਚੋਂ 15000 ਕਾਫੀ 도ੜੇ ਸਨ ਕਾਫੀ ਮਰ ਗਏ ਸਨ ਕਾਫੀ ਜ਼ਖਮੀ ਸਨ ਉਹ ਇਕੱਠੇ ਹੋ ਕਰਕੇ ਸਾਰੇ ਆਏ ਹਨ ਜਿਨਕੇ ਅੰਤ ਪੈ ਰਣਹੰਤ ਆਤਮ ਭੋਗ ਹੋ ਬਖ ਗੋ ਜਬ ਗੁਰੂ ਭਗਵੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਤੁਸੀਂ ਚਾਹੋਗੇ ਉਦੋਂ ਇਸ ਜੰਗ ਦਾ ਅੰਤ ਹੋਣਾ ਹੈ ਇਹਨਾਂ ਸਾਰਿਆਂ ਦਾ ਅੰਤ ਹੋਣਾ ਹੈ ਸ੍ਰੀ ਹਰਿ ਗੋਬਿੰਦ ਸੁਨਤ ਉਚਾਰੇ ਹਉਤੇ ਪੰਜ ਸਰਦਾਰ ਸੁਮਾਰੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਵੀ ਇਹਨਾਂ ਦੇ ਪੰਜ ਸਰਦਾਰ ਆਪਾਂ ਨੇ ਮਾਰ ਦਿੱਤੇ ਹਨ ਵੈ ਨਵਾਬ ਕੇ ਸੁਤ ਹਤ ਹੋਏ ਮੁਖ ਪੜ ਰਿਓ ਨਹੀਂ ਅਬ ਕੋਈ ਕੋਈ ਵੀ ਮੁਖੀ ਜਰਨੈਲ ਇਹਨਾਂ ਦਾ ਰਿਆ ਨਹੀਂ ਪੰਜ ਪੁੱਤਰ ਪੰਜ ਜਿਹੜੇ ਸੈਨਾਪਤੀ ਤੇ ਦੋ ਪੁੱਤਰ ਮਾਰ ਦਿੱਤੇ ਹਨ ਆਪੇ ਆਏ ਅਬਦੁਲ ਖਾਨ ਰਣ ਕੀ ਚਾਹਤ ਵਿਜੇ ਮਹਾਨ ਹੁਣ ਅਬਦੁਲ ਖਾਨ ਆਪਣੀ ਅਗਵਾਈ ਵਿੱਚ ਫੌਜ ਲੈ ਕਰਕੇ ਆ ਰਿਹਾ ਹੈ ਜਿੰਦੇ ਅੰਦਰ ਜਿੱਤ ਦੀ ਚਾਹਨਾ ਹੈ ਅਪਰਤੁਰਕ ਸਭ ਤੁਰਕ ਮਾਰੇ ਰਹਿ ਛੇ ਸੋ ਆਏ ਸਾਰੇ ਇੱਕ ਸਿੱਖਾਂ ਨੇ ਕਾਫੀ ਤੁਰਕ ਮਾਰ ਦਿੱਤੇ ਨੇ ਜਿੰਨੇ ਰਹਿ ਗਏ ਨੇ ਹੁਣ ਸਾਰੇ ਆ ਰਹੇ ਹਨ ਅਬੇ ਸੰਗ ਇਸ ਜੰਗ ਹਮਾਰਾ ਦੇਖੋ ਸਗਰੇ ਬਲ ਜਿਮ ਭਾਰਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਦੀ ਚੰਦ ਨੂੰ ਹੁਣ ਤੂੰ ਸਾਡਾ ਅਬਦੁਲ ਖਾਨ ਦੇ ਨਾਲ ਜੰਗ ਵੇਖੀ ਕਰੋ ਨਿਦਾਨ ਤੁਰਕ ਗਨ ਕੀਰਾ ਨਹੀਂ ਪ੍ਰਤਾਪ ਲਖਤ ਇਹ ਮੇਰਾ ਹੁਣ ਮੈਂ ਮੁਗਲਾਂ ਦਾ ਤੁਰਕਾਂ ਦਾ ਅੰਤ ਕਰ ਦੇਣਾ ਹੈ ਪ੍ਰਾਨ ਦੇਨ ਕੋ ਚਾਤਮਾਨੀ ਸਨੇ ਸਨੇ ਸਭ ਹੋਵੇ ਹਾਨੀ ਪ੍ਰਾਨ ਦੇਨ ਕੋ ਚਾਹਤ ਮਾਨੀ ਵੀ ਇਹ ਪ੍ਰਾਣਾਂ ਨੂੰ ਦੇਣਾ ਚਾਹੁੰਦੇ ਨੇ ਸਨੇ ਸਨੇ ਸਭ ਹੋਵੇ ਹਾਨੀ ਹੌਲੀ ਹੌਲੀ ਇਹਨਾਂ ਸਾਰਿਆਂ ਦਾ ਨਾਸ ਹੋਏਗਾ ਹੁਣ ਅਬਦੁਲ ਖਾਨ ਦੀ ਗਵਾਈ ਵਿੱਚ ਆਖਰੀ ਹੱਲਾ ਹੋ ਰਿਹਾ ਹੈ ਕਿੱਦਾਂ ਅਬਦੁਲ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਲੜੇਗਾ ਜੇਤ ਪਾਏਗਾ ਕਿ ਨਹੀਂ ਦਿੱਤੇਗਾ ਇਹ ਵਿਚਾਰਾ ਆਣ ਵਾਲੀ دیਵਾਨਾ ਵਿੱਚ ਸਰਵਨ ਕਰਾਂਗੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਉਲਾਂ ਝੁਕਾਂ ਦੇਖਿਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ